ਦੀ ਕੋਠੇ ਜਿੱਡੀ ਹੋ ਗਈ ਹੁਣ ਤਾਂ ਜਵਾਨੀ ਜੇ ਵਾਲੇ ਲੱਛਣ ਵੀ ਕਰਨ ਲੱਗ ਪਈ ਘਰ ਦੇਖ ਲੈ ਉਹਦੇ ਲਈ ਕੋਈ ਬੇਬੇ ਤੈਨੂੰ ਕੁੜੀ ਦਿਖਦੀ ਹੈ ਕੋਠੇ ਜਿੱਡੀ ਮੈਂ ਨਹੀਂ ਦਿਖਦਾ ਚਵਾਰੇ ਜਿੱਡਾ ਮੈਂ ਤਾਂ ਵੱਡਾ ਪਹਿਲਾਂ ਮੇਰਾ ਤਾਂ ਫਾਹ ਵੱਢ ਦੋ ਨਾ ਮੈਂ ਤੈਨੂੰ ਗਿੱਜੇ ਚੋਂ ਕੱਢਦਾ ਕੁੜੀ ਤੇਰਾ ਪਿਓ ਅੰਦਰ ਬਾਹਰ ਕਿਸੇ ਨਾਲ ਗੱਲ ਕਰੇ ਤਾਂ ਹੀ ਆ ਨਾ ਮੈਨੂੰ ਨਹੀਂ ਪਤਾ ਕੱਲੂ ਜੇ ਕਿਸੇ ਦੀ ਕੱਢ ਲਿਆ ਨਾ ਫਿਰ ਨਾ ਮੈਨੂੰ ਕਿਹੋ ਮੇਰਾ ਵੀ ਜੀ ਕਰਦਾ ਕਿ ਮੇਰੇ ਹੱਥ 'ਚ ਕੋਈ ਜਰਦਾ ਹੀ ਡੱਬੀ ਖੋ ਕੇ ਚੁੱਲ੍ਹੇ 'ਚ ਸਿੱਟੇ ਸ਼ਰਮ ਕਰ ਚੌਰਿਆ ਸ਼ਰਮ ਕਰਦਿਆਂ ਕਰਦਿਆਂ ਤਾਂ ਠਾਈ ਟੱਪ ਗਏ ਇੱਕ ਆਹ ਬੈਠਾ ਪਤੰਦਰ ਲੋਕਾਂ ਦੇ ਬੜੇ ਸੌ ਸੌ ਚਲਿੱਤਰ ਕਰਦੇ ਨੇ ਕਿ ਮੈਂ ਮਰਨ ਵਾਲਾ ਮੈਨੂੰ ਪੋਤੇ ਦਾ ਵਿਆਹ ਦਿਖਾ ਦਿਉ ਉਹ ਤੂੰ ਹੀ ਰੌਲਾ ਪਾ ਲੈ ਤੇਰਾ ਨਹੀਂ ਜੀ ਕਰਦਾ ਮੇਰਾ ਵਿਆਹ ਦੇਖਣ ਨੂੰ ਹੈਂ ਕੰਨ ਤਾਂ ਇਹਦੇ ਗਏ ਇਹ ਤਾਂ ਨਹੀਂ ਮੇਰੇ ਵਿਆਹ ਦੇ ਬਾਜੇ ਸੁਣ ਸਕਦਾ ਉਹ ਇਹਨੂੰ ਗਿੱਧੇ 'ਚ ਬੁੜੀਆਂ ਨੱਚਦੀਆਂ ਹੀ ਦਿਖਾ ਦਿਉ ਭਾਨਸਰ ਵਾਲਾ ਪਿਰਥੀ ਆਇਆ ਸੀ ਦੱਸਦਾ ਸੀ ਇੱਕ ਰਿਸ਼ਤਾ ਤੂੰ ਤੇ ਸਾਵਣ ਜਾ ਕੇ ਕੁੜੀ ਦੇਖਾਓ ਉਹ ਰਿਸ਼ਤਾ ਕਰਨ ਨੂੰ ਰਾਜੀ ਹੈ ਜੇ ਤੈਨੂੰ ਠੀਕ ਲੱਗਿਆ ਤਾਂ ਰੁਪਈਆ ਫੜਾ ਹੀ ਕੁੜੀ ਨੂੰ ਸ਼ਗਨ ਓਏ ਆ ਰਹੀ ਆਵੇ 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 ਉਹ ਬਿਜੂਰੀ ਨਿੰਮਾਂ ਖੁੱਗਣੀਆਂ ਸਾਰੀਆਂ ਕੱਲ ਨਾ ਮੈਂ ਮੇਰੇ ਭਰਾ ਦੀ ਬਹੂ ਦੇਖਣ ਜਾ ਰਹੀ ਹਾਂ ਬੀਬੀ ਨਾਲ ਫਿਰ ਕਿੱਥੇ ਕਰ ਰਹੇ ਮੇਰੇ ਸਾਲ ਦਾ ਰਿਸ਼ਤਾ ਉਹਦੇ ਕਰਨ ਸੌ ਖਾ ਸੌ ਲੱਗੇ ਮੈਂ ਕਿਉਂ ਝੂਠ ਬੋਲਣਾ ਲੈ ਫਿਰ ਤਾਂ ਬਣ ਗਈ ਗੱਲ ਓਏ ਉੱਥੇ ਤੇ ਮੇਰੀ ਦਾਦੀ ਦੇ ਪੇਕੇ ਆ ਸੌ ਖਾ ਸੌ ਲੱਗੇ ਲੈ ਵੀ ਜੇ ਤੇਰੇ ਭਰਾ ਦਾ ਵਿਆਹ ਉੱਥੇ ਹੋ ਗਿਆ ਨਾ ਉਹਦੇ ਸਹੁਰੇ ਨੇ ਆਪਾਂ ਵਿਚੋਲੇ ਪਾ ਲੈਣਾ ਕਿੰਨਾ ਦੇ ਆ ਨਾ ਪਤਾ ਤੈਨੂੰ ਕੋਈ ਸੁਖਦੇਵ ਪਟਵਾਰੀ ਹੈ ਉਹਦੀ ਕੁੜੀ ਹੈ ਰੂਪ ਓਏ ਹੁਣ ਨਾਲ ਤਾਂ ਬਹੁਤ ਆਉਣੀ ਜਾਣੀ ਹੈ ਨਾਲੇ ਸੋਹਣੀ ਵੀ ਬਹੁਤ ਹੈ ਤੈਨੂੰ ਸੋਹਣੀ ਲੱਗਦੀ ਹੈ ਉਹ ਗੱਲ ਨਹੀਂ ਮੇਰੇ ਨਾਲ ਨਿੱਕੀ ਹੁੰਦੀ ਖੇਡਦੀ ਹੁੰਦੀ ਸੀ ਐਡਾ ਰੋਟਾ ਪਾਤਾ ਸੀ ਮੇਰੇ ਸਿਰ 'ਚ ਗੀਟਾ ਮਾਰ ਕੇ ਉਹਨੇ ਨਾਲੇ ਜਦੋਂ ਤੁਹਾਡੀ ਬਰਾਤ ਆਈ ਨਾ ਤੁਹਾਡੇ ਟੱਬਰ ਮੂਹਰੇ ਪੂਰਾ ਛੋਣਾ ਮੈਂ ਤੁਹਾਡੇ ਘਰ ਦੇ ਨੂੰ ਐਂ ਲੱਗੇ ਵੀ ਇਦੋਂ ਵਧੀਆ ਮੁੰਡਾ ਸਾਡੀ ਸਾਵਾਂ ਲਈ ਹੋ ਹੀ ਨਹੀਂ ਸਕਦਾ ਅੱਛਾ ਆਨਾ ਮੈਂ ਰੋਟੀ ਬਣਾ ਕੇ ਲਿਆਈ ਹਾਂ ਤੇਰੇ ਲਈ ਪਹਿਲੀ ਵਾਰ ਬਣਾਈ ਹੈ ਮੇਰਾ ਜੀ ਵੀ ਤੂੰ ਖਾਵੇਂ ਇਹੋ ਜਿਹਾ ਖਾ ਲਿਆ ਕਰੇਗਾ ਨਾ ਸਰਦਾਰਾ ਖਾ ਲੂੰਗਾ ਦੱਸੀ ਨਾ ਯਾਰ ਕੱਲ ਨੂੰ ਛੁੱਟੀ ਆ ਤੇਰੀ ਬਾਂਦਰ ਕਿਲਾ ਖੇਡ ਲਈ ਦੁਪਹਿਰ ਦੀ ਚਾਹ ਵੇਲੇ ਫੇਰ ਆ ਗਿਆ ਭੌਂਕਦਾ ਨਾ ਪੁੱਤ ਸਿਆਣਦੇ ਨੇ ਨਾ ਨੂੰਹਾਂ ਪੁੱਛਦੀਆਂ ਨੇ ਆ ਦੁਸ਼ਮਣ ਨੇ ਸਾਡੇ ਪੇਸ਼ ਪਾਤਾ ਆਪ ਤਾਂ ਅਜਿਹੇ ਜਿਹਾ ਸੀ ਯਾਰ ਵਿਹਲੀ ਵੀ ਹੋ ਜੇ ਲੱਭ ਲਈ ਮੈਨੂੰ ਲੱਗਦਾ ਕਿਸੇ ਦਿਨ ਚਾਹ ਚ ਨੀਲਾ ਥੋਤਾ ਪਵਾਉਗਾ ਮੇਰੇ ਕੋਲੋਂ ਬੇਬੇ ਮੈਂ ਕਹਿੰਦਾ ਸੀ ਨਾਨਕੇ ਜਾ ਆਉਂਦਾ ਤੁਸੀਂ ਨਹੀਂ ਲੈਣੀ ਨਾਨਕੇ ਜਾ ਕੇ ਆਪ ਤਾਂ ਗਲ ਕੇ ਕਦੇ ਆਉਂਦੇ ਨਹੀਂ ਗੇ ਹੋਰ ਉਹ ਤਾਂ ਐਡੀ ਚਗਲ ਨੇ ਮੇਰੇ ਸਹੁਰੇ ਦੇ ਕਦੇ ਤਿੱਥ ਤਿਆਰ ਨੂੰ ਨੀ ਬੜੇ ਇੱਥੇ ਉਹ ਪੁੱਤ ਤੂੰ ਰਹਿਣ ਦੇ ਚੱਲ ਖੇਤ ਤੂੰ ਬੈਠਾ ਰਹਿ ਤੇਰੇ ਖਾਨਦਾਨ ਨੇ ਬੜੇ ਜੱਗ ਕਰਾਤੇ ਮੁੰਡਾ ਜਾਊਗਾ ਤੂੰ ਜਾਈ ਪੁੱਤ ਚੱਲ ਆ ਜਾ ਭੌਂਕਦਾ ਰਹਿੰਦੇ ਇਹਨੂੰ ਓਏ ਤੂੰ ਟਿਕ ਜਾ ਚੱਲ ਤੁਰ ਉੱਡ ਜਾਵਾ ਜਾਵਾ ਜੁੜੀ ਕੋਲ ਅੱਲਾ ਬੇਗੀ ਹੈ ਤੇਰੇ ਵਾਲੀ ਬੇਗੀ ਤਾਂ ਮੈਂ ਕੁੱਟੂ ਆਪਦੇ ਵਾਲੀ ਤਾਂ ਕੁੱਟੀ ਨਹੀਂ ਜਾਂਦੇ ਤੇਰੀ ਕਾਹ ਜੋ ਨਾ ਬਾਈ ਮੇਰੀ ਮਨ ਇਹਨੂੰ ਚੰਬ ਕੇ ਰੱਖ ਹਾਈਵੇ ਸੌਦਾਗਰਾ ਮੈਂ ਤੇਰੀ ਤੂੰ ਮੇਰਾ ਹਾਂ ਛੱਡਣਾ ਜਾਵੀ ਵੇ ਹਾਈਵੇ ਜੋ ਵੱਲੜ ਪੁਣੇ ਵਿੱਚ ਲਾਈਆਂ ਸੌਦਾਗਰਾ ਆਹ ਬੱਲੇ ਬੱਲੇ ਓਏ ਅੱਜ ਕਿਵੇਂ ਰਾਹ ਭੁੱਲ ਗਿਆ ਨਿੱਕਿਆ ਕੋਈ ਫਾਇਦਾ ਨਹੀਂ ਚਾਚਾ ਤੇਰੇ ਖੱਤ ਖੁੱਤ ਜੇ ਕੱਢਣ ਦਾ ਕਿਉਂ ਬੂਟੇ ਚਾਚੇ ਦੀ ਸਾਲੀ ਦਾ ਵਿਆਹ 15 ਤਰੀਕ ਨੂੰ ਹੈ ਆਹੋ ਕਿਉਂ ਸੁੱਕ ਕੇ ਨਹੀਂ ਸਾਹ ਚੜਿਆ ਹਾਂ ਸੁੱਕਣਾ ਹੀ ਆ ਪਤੰਦਰਾ ਹੈ ਮੈਨੂੰ ਆਏ ਆ ਵੀ ਕਿਤੇ ਪੱਟਾਂ ਨੂੰ ਤੇਲ ਲਾਉਂਦਾ ਹੀ ਨਾ ਰਹਿ ਜਾ ਨਾ ਤੂੰ ਚਾਚੇ ਨੂੰ ਟਿਚਰਾ ਜਾਣਾ ਕਰਿਆ ਕਰ ਮੈਂ ਤੈਨੂੰ ਦੱਸਾਂ ਬੂਟੇ ਦੀ ਸੱਸ ਨੇ ਨਾ ਮੇਰੇ ਕਰਮਾਂ ਨੂੰ ਜੰਮੀ ਹੈ ਆ ਚੱਕ ਲੈ ਵੀਰੇ ਚਾ ਲੈ ਤਾਇਆ ਫੜ ਕਿੰਨੇ ਵਾਰੀ ਕਿਹਾ ਤਾਇਆ ਨਾ ਕਿਆ ਕਰ ਚਾਚਾ ਕਿਆ ਕਰ ਚੱਲ ਚਾਚਾ ਆਪਾਂ ਮੜਾਇਆ ਸੁਖਦੇਵ ਪਟਵਾਰੀ ਕੇ ਜਾ ਕੇ ਆਉਣਾ ਸੀ ਯਾਰ ਸੁਖਦੇਵ ਪਟਵਾਰੀ ਕੇ ਉਹਨਾਂ ਨਾਲ ਤਾਂ ਆਪਣੀ ਬੋਲ ਚਾਲ ਬੰਦ ਹੈ ਕਿਉਂ ਲੈ ਸੁਣ ਲਾ ਉਹਨਾਂ ਦੀਆਂ ਬੱਕਰੀਆਂ ਆਪਣੀ ਇੱਕ ਵਾਰੀ ਸਰੋਂ ਖਾ ਗਈਆਂ ਬਾਈ ਮੈਂ ਬਲਦ ਮੰਗਣ ਗਿਆ ਉਹ ਨਹੀਂ ਦਿੱਤਾ ਬਾਪੂ ਦਾ ਇੱਕ ਵਾਰੀ ਚਿੱਤ ਜਿਹਾ ਢਿੱਲਾ ਸੀ ਆਂਡੇ ਪੁੱਛਣ ਗਿਆ ਕਹਿੰਦਾ ਜੀ ਸਾਡੀ ਕੁਕੜੀ ਤਾਂ ਆਂਡੇ ਦਿੰਦੀ ਨਹੀਂ ਪੁੱਛਣ ਵਾਲਾ ਹੋਵੇ ਵੀ ਜੇ ਕੁਕੜੀ ਆਂਡੇ ਨਹੀਂ ਦਿੰਦੀ ਤਾਂ ਹੋਰ ਝੋਟੀ ਆਂਡੇ ਦਿੰਦੀ ਹੈ
इन्हां गल्लां करके आपां तां पासा ही वट गए बई। या फिर बूटे चाचे दी साली दी सौं फिर तैनू। ਇਹ ਤੇ ਕਹਿੰਦਾ ਸਾਡੀ ਬੋਲ ਚਾਲੀ ਬੰਦਾ। ਮੈਂ ਮੈਨੂੰ ਤੇ ਮੇਰੀ ਬੇਬੇ ਦੇ ਪੇਕਿਆਂ ਦਾ ਸਾਰਾ ਪਿੰਡ ਇੱਕੋ ਜਿਹਾ ਕਿ ਨਹੀਂ। ਮੈਂ ਕਿਹਾ ਆਪਾਂ ਤੇ ਜਾਣੇ ਜਾਣਾ ਭਾਈ। ਇਹ ਹੈ ਤਾਂ ਤੇਰੇ ਪਿਓ ਦੇ ਨਾਨਕੇ ਪਰ ਚਗਲ ਹੈ ਸਾਰੇ ਪਿੰਡ ਚੋਂ। ਆ ਸਦਾਗਰ ਦਾ ਚੰਗਾ ਭਲਾ ਰਿਸ਼ਤਾ ਕਰਾਉਂਦਾ ਸੀ ਰੂਪ ਦਾ ਦਾਦਾ। ਇਹਨੇ ਤੇ ਇਹਦੀ ਮਾਂ ਨੇ ਲੱਤ ਨੀ ਲਾਈ, ਨਾ ਹੁਣ ਫਿਰਦਾ ਭੌਂਕਦਾ, ਭਰਜਾਈਆਂ ਵੀ ਚੌਂਕੇ ਨੀ ਚੜ੍ਹਨ ਦਿੰਦੀਆਂ। ਨਾ ਮਿਲ ਗਈ ਹੁਣ ਹੋਰ ਪਰੀ। ਆ ਸਿੱਧਰੀ ਜੀ ਗੱਡੀ ਕੁੱਚੀ ਜਾਂਦੀ ਹੈ ਪੁੱਤ, ਅੱਜ ਇਹਨੂੰ ਦੇਖਣ ਆਉਣਾ ਹੈ। ਇੰਨਾ ਚਾ ਕੋਈ ਫਾਇਦਾ ਨੀ ਏਡੀਆਂ ਕੁੱਚਣ ਦਾ। ਗੀਟਾ ਭੁੱਲ ਗਿਆ ਆ ਡਲਾਇਆ ਹੱਥ ਚ। ਸੱਸ ਤੇਰੀ ਨੇ ਤੈਨੂੰ ਚੱਪੜੇ ਨੀ ਪਾਉਣ ਦੇਣੀ, ਉੱਥੋਂ ਤੇਰੀ ਉਹਨੇ ਵੰਦਰੀ ਬਣਾ ਕੇ ਰੱਖਣੀ ਆ। ਕੋਈ ਨਾ, ਮੈਨੂੰ ਚੰਗੀ ਮਾੜੀ ਸੱਸ ਜੁੜਤਾ ਜਾਊ, ਤੈਨੂੰ ਤਾਂ ਕਿਸੇ ਨੇ ਕੁੜੀ ਵੀ ਨਹੀਂ ਦੇਣੀ। ਅੱਛਾ ਇਹ ਗੱਲ, ਲੈ ਬੇਬੇ ਤੂੰ ਬੰਨਾ ਮੇਰੀ ਵਿਚੋਲਣ ਤੇ ਵਿਆਹ ਵੀ ਫਿਰ ਮੈਂ ਸਹੁਰਿਆਂ ਚ ਕਰਾਉਣਾ, ਇਹਦੀ ਕੋਈ ਨਨਾਣ ਨੂੰ ਲਿਆਉਂਗਾ ਲੱਭ ਕੇ। ਮੂੰਹ ਬਾਲਾ ਸੋਹਣਾ ਨਾ ਤੇਰਾ। ਜ਼ਰੂਰ ਪੁੱਤ, ਕਿਉਂ ਨੀ ਬੇ ਸੁਖ ਚੈਨ ਬੇ, ਜਾ ਜਾ ਕੇ ਬੁੜੀ ਨੂੰ ਲਾ ਲਿਆ, ਬਸ ਤਾਂ ਮੈਨੂੰ ਆਉਣ ਵਾਲੀ ਲੱਗਦੀ ਆ। ਨਹੀਂ ਬੇਬੇ ਮੈਂ ਜਾਉਂਦਾ, ਮੈਂ ਤੇ ਹੱਥ ਲੈ ਜਾ ਕੇ। ਦੇਖੋ ਤੂੰ ਬੈਠ ਤਾਂ ਸਹੀ, ਆ 36 ਫਿਰਦੇ ਲੱਤਾਂ ਚ ਵੱਜਦੇ, ਆਪੇ ਲਿਆਉਣਗੇ, ਬੈਠ ਤੂੰ ਜਾਵੇ। ਬੇਬੇ ਕੋਈ ਨੀ ਬੇਬੇ, ਘਰ ਦਾ ਹੀ ਕੰਮ ਆ, ਨਾਲੇ ਇਹਦੀ ਸੱਸ ਤੇ ਖੰਨ ਭਰੂਗਾ ਤੇ ਵੀ ਕਿੰਨੀ ਚਾਂਬਲੀ ਫਿਰਦੀ ਆ ਤੇਰੀ ਨੂੰ। ਚੱਲ ਉੱਡ ਚਾਚਾ, ਚੱਲ ਚੱਲ। ਯਾਰ ਤੂੰ ਕਿਉਂ ਭੌਂਕਦਾ ਫਿਰਦਾ ਆਪਾਂ ਨੂੰ? ਕੀ ਆਪਾਂ ਐਵੇਂ ਗੋਲੇ ਬਣੇ ਫਿਰਦੇ ਆ ਪਟਵਾਰੀ ਕੇ? ਚਾਚਾ ਤੂੰ ਦਮ ਰੱਖ, ਮੈਂ ਦੱਸਦਾ ਤੈਨੂੰ ਆਪਣੀ ਫਾਇਦਾ, ਤੂੰ ਤੇ ਖੁਸ਼ ਹੋ ਜਾਣਾ। ਹੋਰ ਮਾਸੀ ਜੀ, ਕਿਹੜਾ ਪਿੰਡ ਆਪਣਾ? ਗੁਲਾਬੇ ਵਾਲਾ ਭਾਈ। ਅੱਛਾ ਅੱਛਾ, ਤੂੰ ਕੁੜੀ ਦਾ ਕੀ ਲੱਗਦਾ? ਮੈਂ ਕੁੜੀ ਦਾ ਭਰਾ ਲੱਗਦਾ ਜੀ, ਐਸੇ ਪਿੰਡੋ ਹੀ ਆ, ਵਾਹ ਵਾਹ ਆਉਣੀ ਜਾਣੀ ਆ ਜੀ। ਹੋਰ ਸੁਣਾਓ ਤੁਸੀਂ ਮਾਸਟਰ ਜੀ, ਠੀਕ ਠਾਕ ਹੈ? ਸਭ ਠੀਕ ਹੈ ਵੀਰੇ। ਕਿਹੜੇ ਪਿੰਡ ਵਿਆਹਿਆ? ਮੈਂ ਤਾਂ ਹਜੇ ਭਾਲਦਾ ਜੀ। ਹਾਂ, ਐਡਾ ਬੁੱਢਾ ਹੋ ਕੇ ਹੁਣ ਤੂੰ ਕੀ ਭੁੱਬਲ ਭਾਲਦਾ? ਸਿੱਧਾ ਕਹਿ ਬਈ ਮੈਂ ਛੜਾ ਆ। ਨਹੀਂ ਜੀ ਨਹੀਂ, ਮੈਂ ਤਾਂ ਹੱਡਾਂ ਪੈਰਾਂ ਦਾ ਹੀ ਖੁੱਲਾ ਹੈ, ਉਮਰ ਤਾਂ ਮੇਰੀ ਸੂਤ ਹੀ ਹੈ, ਕੁਛ ਵੀ ਨਹੀਂ। ਤੇਰੇ ਵੱਲ ਦੇਖ ਕੇ ਤਾਂ ਐਂ ਲੱਗਦਾ 2 ਸਾਲਾਂ ਨੂੰ ਤੂੰ ਹੀ ਖੁੱਲ ਜਾਣਾ, ਛੇਤੀ ਆ ਪੁੱਤ ਅੱਗੇ ਆ ਗਈ ਬੀਬੀ। ਆ ਕਿਹੋ ਜੀ ਬੁੜੀ ਹੈ? ਨਿਰੂਪ ਉੱਠ, ਉਹ ਆ ਗਈਆਂ ਨੇ। ਕੌਣ ਕੌਣ ਆ? ਇੱਕ ਮੋਟੀ ਬੁੜੀ ਤੇ ਇੱਕ ਕੁੜੀ ਹੈ, ਹੁਣ ਤੂੰ ਛੇਤੀ ਕਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਰੂਪ। ਝਾਂਜਰ ਨੀ ਪਾਈ? ਨਹੀਂ। ਗਾਣਾ ਆਉਂਦਾ? ਨਿੱਕੀ ਨਿੱਕੀ ਸੂਈ ਵਟ ਮਾਤਾ ਗਾ, ਬੈਠ ਕਸੀਦਾ ਕਡਰੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀਆਂ, ਬਾਬਲ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀਆਂ, ਬਾਬਲ ਮੇਰੇ ਕਾਜ ਰਚਾਇਆ। ਅਸਖ ਚੈਨ ਕੌਣ ਹੈ? ਉਹ ਤਾਂ ਕੁੜੇ ਭਰਾ ਹੈ ਰੂਪ ਦਾ, ਆ ਦੇਖ ਇਹ ਸਰਾਣਾ ਇਹਨੇ ਆਪ ਕੱਢਿਆ, ਆਜੋ ਭੈਣ ਜੀ ਬੈਜੋ, ਤੇ ਦੂਜੇ ਪਾਸੇ ਭਾਬੀ ਦਾ ਨਾਂ ਕੱਢਿਆ। ਆ ਭਾਈ ਕੁੜੀ, ਰੰਗ ਤਾਂ ਠੀਕ ਹੀ ਆ, ਊ ਬਣਦੀ ਠੰਡੀ ਚੰਗੀ ਹੈ। ਇੱਧਰ ਝਾਕ ਮੇਰੇ ਵੱਲ ਤਾਂ ਝਾਕ, ਝਾਕਣੀ ਵੀ ਠੀਕ ਹੈ, ਠੀਕ ਹੈ, ਸਾਨੂੰ ਪਸੰਦ ਹੈ ਕੁੜੀ। ਮੈਨੂੰ ਤਾਂ ਮੇਰੀ ਭਾਬੋ ਬਹੁਤ ਸੋਹਣੀ ਲੱਗੀ ਆ। ਹਲੇ ਫੜ ਪਾ ਸੁਰਮਾ,
ਵਧਾਈ ਹੋਵੇ ਮਾਸੀ। ਤੈਨੂੰ ਵੀ ਵਧਾਈ ਭਾਈ, ਸਭਾ ਵਧਾਈ। ਤੂੰ ਸੁਖਨਾ ਮੁੰਡੇ ਦੀ ਮਾਂ ਹੈ। ਧਿਆਨ ਨਾ ਦਿਲਾਂ ਨਾ ਕੱਢ ਦੀ। ਖੜ ਇਧਰੋਂ ਆ ਲੈ, ਖੜ। ਇੱਕ ਪਿੰਡ ਦੋ ਲੱਛੀਆਂ, ਛੋਟੀ ਲੱਛੀ ਨੇ ਪਵਾੜੇ ਪਾਏ। ਵੇਖ ਲੈ ਉਹ ਇੱਕ ਪਿੰਡ ਦੋ ਲੱਛੀਆਂ, ਛੋਟੀ ਲੱਛੀ ਨੇ ਸਵੇਰੇ ਕਿਤੇ ਲੱਗਦਾ ਸੀ। ਵੀਰੇ ਭਾਬੀ ਬਹੁਤ ਸੋਹਣੀ ਹੈ। ਕੀ ਬਣਿਆ ਬੇਬੇ, ਬੋਲਦੀ ਕਿਹੜਾ ਹੈਗੀ ਡੁੰਨ ਵੱਟਾ ਜੀ। ਵੇ ਪਾਣੀ ਦਾ ਘੁੱਟ ਤੇ ਪੀ ਲੈਂਦੇ, ਇੱਥੇ ਸੋਕਾ ਪਿਆ ਖਾਂਦਾ, ਤੈਨੂੰ ਪਾਣੀ ਦੀ ਪਈ ਆ। ਲੈ ਫੜ ਦੱਫ ਲੈ, ਪੀ ਪਾਣੀ, ਛੇਤੀ ਦੱਸ ਕੀ ਹੋਇਆ। ਆ ਜਰਦਾ ਜਾ ਲਾਉਣਾ ਛੱਡਦੇ ਹੁਣ। ਓ ਬੇਬੇ ਲੈ ਆ ਛੱਡਤਾ ਜਰਦਾ, ਵਿਆਹ ਤੋਂ ਬਾਅਦ ਆਪਾਂ ਫੀਮ ਤੇ ਹੋ ਜਾਣਾ। ਜੱਟੀ ਵੱਟ ਕੇ ਗੋਲੀ ਦਿਆ ਕਰੂ, ਕਿੰਨਾ ਸਵਾਦ ਆਊ, ਦੁੱਗਣਾ ਨਸ਼ਾ ਹੋਇਆ ਕਰੂ। ਦਫਾ ਹੋਣਾ ਚੜਦੇ, ਅੱਸੂ ਦਾ ਕਰ ਆਇਆ ਪੱਕਾ। ਫੇਰ ਉਹੀ ਕਰਤੀ ਨਾ ਕਪੱਤੀ ਜਨਾਨੀ ਵਾਲੀ ਗੱਲ, ਮੈਨੂੰ ਨੀ ਪਤਾ, ਮੇਰਾ ਛੇਤੀ ਛੇਤੀ ਫਾ ਵੱਡੋ ਵਿਆਹ ਕਰਕੇ। ਮੈਂ ਸੌਣ ਤਾਂ ਟੱਪ ਲੈਣ ਦੇ, ਟੱਪ ਲੈਣ ਦੇ, ਫੇਰ ਸਾਰਾ ਮਹੀਨਾ ਤੁਰੀ ਰਹੂਗੀ ਉਹ। ਇਸ ਮੁੰਡੇ ਨੇ ਤਾਂ ਜਮਾ ਸ਼ਰਮ ਲਾ ਲਈ। ਕੋਈ ਨੀ, ਮੈਂ ਵੀ ਉਹਦੇ ਨਾਲੇ ਜਾ ਵੜੂ, ਅਸੀਂ ਤੇਰੇ ਮੱਥੇ ਲੱਗਣਾ ਹੀ ਨੀ ਦੋਨਾਂ ਨੇ। ਮਾਰ ਦੀਆਂ ਗੱਲਾਂ ਵੀਰੇ, ਉਹਨਾਂ ਦੇ ਘਰਦਿਆਂ ਨੇ ਵੀ ਤੇ ਵਿਆਹ ਦੀ ਕੋਈ ਤਿਆਰੀ ਕਰਨੀ ਹੋਊਗੀ। ਆਹੋ ਤੂੰ ਲੱਡੂ ਖਾ। ਭਾਬੀ ਦਾ ਫਿਕਰ ਹੈ ਤੈਨੂੰ, ਉਹ ਮੇਰੇ ਦਾਦੇ ਦਾ ਨੀ ਫਿਕਰ ਤੈਨੂੰ। ਓ ਓ ਬਾਪੂ, ਉਹ ਤੂੰ ਹੀ ਬੋਲ ਲਾ ਕੁਛ, ਤੇਰਾ ਨੀ ਜੀ ਕਰਦਾ ਮੇਰਾ ਵਿਆਹ ਦੇਖਣ ਨੂੰ। ਮੈਨੂੰ ਨੀ ਪਤਾ, ਜ਼ਿਆਦਾ ਛੇਤੀ ਛੇਤੀ ਮੇਰਾ ਵਿਆਹ ਕਰੋ, ਨਹੀਂ ਮੇਰੇ ਜ਼ਹਿਰ ਦਾ ਟੀਕਾ ਲਵਾ ਦੋ। ਸ਼ਰਮ ਕਰ ਲਾ, ਹਾਲ ਅੱਛਾ ਨੀ ਚੱਲਣੇ ਇੱਥੇ, ਬਹੁਤਾ ਬਣਦੀ ਹੈ। ਮੈਂ ਚੱਲਣੀ ਫਿਰ ਐਤਕੀ ਚੱਲਣੀ ਨਾਲ, ਜਾਣਾ ਹੀ ਪਊ, ਫੇਰੀ ਆਊਗਾ ਨਜ਼ਾਰਾ। ਲੋ ਜੀ ਖੜੇ ਪੈਰੀ ਬੰਦਾ ਫਿਰ ਵਿਆਹ ਭਾਈ। ਹਾਂਜੀ ਤੁਹਾਨੂੰ ਪਤਾ ਹੀ ਹੈ ਜੀ, ਮੁੰਡੇ ਵਾਲਿਆਂ ਦਾ ਕਹਿੰਦੇ ਸਾਡਾ ਦਾਦਾ ਬਿਮਾਰ ਹੈ। ਫਿਰ ਨਿੱਕੇ ਨੂੰ ਘੱਲ ਦਿਆਂਗੇ, ਮੈਂ ਤੂੰ ਤਾਂ ਆ ਨਹੀਂ ਹੋਣਾ, ਮੇਰੇ ਤੇ ਮੈਂ ਛੱਤ ਪਈ ਆ ਭਾਈ। ਤੇ ਬਾਈ ਤੂੰ ਤਾਂ ਜਾਏਗਾ ਫਿਰ, ਇਹ ਵੀ ਨਹੀਂ ਆਉਂਦਾ। ਕਿਉਂ ਆਪਦੀ ਤੀਵੀਂ ਹੱਥ ਪਿਆ ਬੀਬੀ, ਤੂੰ ਵੀ ਜਾ ਕੱਚੇ ਲਾ ਦੇਣੀ ਆ, ਨਾਲੇ ਮੈਨੂੰ ਚਾਹ ਨੀ ਦਿੱਤੀ। ਭਰਾਵਾ ਤੂੰ ਆਪਦੀ ਚਾਹ ਘਰੇ ਜਾ ਕੇ ਪੀਵੀ, ਮੇਰੀ ਚਾਹ ਪੀ ਲਈ ਤੇ ਦੀਵੀ ਨੇ ਮੱਖੀ ਪਾੜ ਦੇਣੀ ਆ, ਇਸੇ ਚਾਪੇ ਪਿੱਛੇ ਤਾਂ ਇਹਨੂੰ ਅੱਡ ਕੀਤਾ। ਬਾਈ ਤੈਂ ਨੀ ਵਿਆਹ ਜਾਣਾ। ਓਏ ਮੈਨੂੰ ਕਿਹੜਾ ਕੰਜਰ ਪੁੱਛਦਾ, ਜੇ ਭਾਬੀ ਨੂੰ ਵੱਟਾ ਚਾੜ ਕੇ ਰੱਖੇ ਨਾ, ਜਿਵੇਂ ਸਿਆਣੇ ਕਹਿੰਦੇ ਆ, ਇਹਨਾਂ ਦੀਆਂ ਗਰਾਰੀਆਂ ਤਾਂ ਪੇਕਿਆਂ ਤੱਕ ਫਸੀਆਂ ਹੁੰਦੀਆਂ, ਫੇਰ ਅਸਰ ਹੋਊ। ਪਰ ਕਿੱਥੇ ਤੇਰੇ ਚ ਕਨ ਕੰਡਾ ਹੈ ਨੀ, ਕਿਉਂ ਪਾਣੀ ਦਾ ਬੈਰੀ ਹੋਇਆ, ਇਹਨੇ ਨਹੀਂ ਹਰੀ ਹੋਣਾ। ਲੈ ਝੁਲਸ ਲੈ, ਫੜ ਤੂੰ ਵੀ ਲਿਆ। ਭਾਬੀ ਸਾਡੇ ਤਾਏ ਦੀ ਯਾਦ ਆ, ਹਰੀ ਹੋ ਜੂ। ਆਹੋ ਤਾਇਆ ਦਾ ਤੇਰਾ ਚਿੜੀ ਚ ਜਲ ਧਾਰਾ ਕਰਦਾ ਸੀ, ਜਿਹੜਾ ਉਹਦੀ ਯਾਦ ਹਰੀ ਹੋ ਜੂਗੀ। ਮੈਂ ਤੁਸੀਂ ਕਿੱਧਰ, ਸਾਡੇ ਨੀ ਚੱਲਦੇ ਹੋ ਭੂਆ, ਹੈ ਚੰਗਾ। ਆ ਤੂੰ ਛੜੇ ਮਲੰਗ ਜੀ ਨੂੰ ਲਈ ਜਾਣਾ, ਚੱਕਵੀ ਜੀ ਤਾਂ ਤੇਰੀ ਤੀਵੀਂ ਹੈ, ਕਿਉਂ ਭੁੱਲ ਫੂਕਾ ਮਾਰਦਾ ਹੈ। ਬੀਬੀ ਤੂੰ ਵੀ ਮਖੌਲ ਕਰਨ ਲੱਗ ਜਾਣੀ ਹੈ, ਇੱਕ ਤਾਂ ਇਹ ਛਿਲੇਡਾ ਜਾ ਨੀ ਮੰਗ, ਭਲਾ ਮੈਂ ਆਪਦੇ ਪੇਕਿਆਂ ਨੂੰ ਨੀ ਜਾਣਦੀ। ਭੈਣ ਦੇ ਘਰੇ ਗਏ ਤਾਂ ਬਾਜੂ ਖੋਲ ਲਿਆਉਂਦੇ ਨੇ, ਇਹ ਤੀਵੀਂ ਦੀ ਗੱਲ ਕਰਦਾ। ਤੋਰੇਗਾ ਗੱਲ ਫਿਰ ਮੇਰੇ ਰਿਸ਼ਤੇ ਦੀ, ਦੇਖਦਾ ਸੈਲਫ ਮਾਰ ਕੇ। ਲੈ ਚਾਹ ਛਕੋ। ਲੈ ਭਾਈ ਮੱਥਾ ਟੇਕਦਾ ਭਰਜਾਈ। ਹੋਰ ਭਰਜਾਈ, ਮਾਸੀ ਮਾਸੜ ਜੀ ਠੀਕ ਹੈ? ਠੀਕ ਹੈ। ਨਾਲੇ ਤੁਹਾਡੀ ਛੋਟੀ ਭੈਣ ਦਾ ਕੀ ਹਾਲ ਹੈ? ਸ਼ਾਂਤੀ ਦਾ, ਹੁਣ ਤਾਂ ਸੁੱਖ ਨਾਲ ਵਿਆਹੁਣ ਜੋਗੀ ਹੋ ਗਈ ਹੋਣੀ ਹੈ। ਹੈ ਮੇਰੀ ਚਾ, ਆ ਜਾ ਅੰਦਰ ਪਿਉਣੀ ਆ। ਆਉਣਾ ਮੈਂ। ਚੰਗਾ। ਉਹ ਡਾਕਟਰ ਪੁੱਤ, ਉਰਾ ਇੱਧਰ ਆ ਜਾ, ਆ ਜਾ, ਆ ਜਾ ਭੱਜ। ਦੇਖ ਮੇਰਾ ਪੁੱਤ, ਮਿਹਨਤ ਵਾਲੀ ਗੱਲ ਹੈ, ਤੂੰ ਮੈਨੂੰ ਮਾਸੜ ਨੀ ਕਹਿਣਾ, ਮੇਰਾ ਢਿੱਡ ਦੁਖਣ ਲੱਗ ਜਾਂਦਾ। ਕਹੂੰਗਾ ਮਾਸੜ। ਕਿੱਥੇ ਚਾਹ ਮਿੱਠੀ? ਚਾਹ ਦੇ ਲੱਗ ਗਿਆ, ਅੱਖਾਂ ਚ ਰਜਨ ਲੈ ਕੇ ਘਰ ਆ ਗਿਆ। ਮੇਰੀ ਗੱਲ ਕੰਨ ਖੋਲ ਕੇ ਸੁਣ ਲਾ, ਮੈਂ ਆਪਣੀ ਭੈਣ ਦਾ ਰਿਸ਼ਤਾ ਨਿੱਕੇ ਨਾਲ ਕਰਨਾ, ਸਮਝ ਗਿਆ? ਮੈਨੂੰ ਨਹੀਂ ਮਾਸੜ, ਨਾ ਕੀ ਮਾਸੜ ਮਾਸੜ ਲਾਈ ਆ, ਤਾਇਆ ਲੱਗਦਾ ਤੇਰਾ, ਤੇ ਜੇ ਮਾਸੜ ਕਹਿਣਾ ਨਾ ਤੇ ਨਿੱਕੇ ਨੂੰ ਕਹਿਣਾ, ਸਮਝ ਗਿਆ ਨਾ? ਚੱਲ ਅੰਦਰ। ਰੱਬ ਸਭ ਨੂੰ ਵਧਾਵੇ। ਲੈ ਕਿਹੜੇ ਕੰਮਾਂ ਚ ਪੈ ਗਏ ਤੁਸੀਂ? ਚਾਹ ਪੀ ਥੋੜਾ ਆਏ ਆ, ਕੁੜੀ ਦਾ ਵਿਆਹ, ਕੰਮ ਕਰਨ ਵਾਲਾ ਘਰ ਕਿ ਨਹੀਂ? ਉਹ ਕਿਹੜੇ ਕੰਮੀ ਲੱਗਾ ਯਾਰ, ਥੱਲੇ ਡਾ ਇਹਨੂੰ। ਚੱਲ ਬਾਤ, ਚੱਲ ਚੱਕ ਮੇਰਾ ਵੀਰ। ਭੈਣ ਦਾ ਪੁੱਤ ਤਾਂ ਬਾਹਲਾ ਹਿੰਮਤੀ ਆ।
ਨਾ ਤੂੰ ਕਿਵੇਂ ਖੜਾ ਰਹੇ ਕੁੜੀ ਦਾ ਵਿਆਹ ਕੋਈ ਕੰਮ ਧੰਦਾ ਕਰ ਲੈ ਕੀ ਪਤਾ ਰੱਬ ਤੇਰੇ ਸੁੱਤੇ ਭਾਗ ਜਗਾਈ ਦੇਵੇ ਜਾ ਵਗ ਜਾ ਬੇ ਜਾ ਵਗ ਜਾ ਭੈਣ ਮੇਰੇ ਤਾਂ ਚੁੰਨੀ ਦਾ ਰੰਗ ਹੀ ਅੱਡ ਕਰਤਾ ਹਾਂ ਵਖਾ ਬੀਬੀ ਆ ਕੀ ਆ ਕੁੜੇ ਤੇ ਦੂਜਾ ਸੂਟ ਪਾ ਲਈ ਨਾਲੇ ਤੈਨੂੰ ਕਿਨੇ ਦੇਖਣਾ ਆ ਦਿਨ ਤਾਂ ਮੇਰੀ ਸਿਆਣੀ ਧੀ ਦੇ ਆ ਚੱਲ ਆ ਕੇ ਫੇਰ ਕੰਮ ਕਰੀਏ ਪੁੱਤ ਮੈਂ ਨਹੀਂ ਮੈਂ ਨਹੀਂ ਤੂੰ ਐ ਕਰੀ ਧੀਰੇ ਕੇ ਘਰੋਂ ਨਾ ਬਾਹਰ ਨਹੀਂ ਸੁਣ ਲੈ ਭਈਆ ਲਓ ਬਈ ਆ ਰੋਟੀ ਵਾਲਾ ਕੰਮ ਦਾ ਤੁਹਾਨੂੰ ਵੇੜ ਲਓ ਇੰਨਾ ਕੰਮ ਆਸ ਆਪਣੇ ਕੋਲ ਸਾਰੀ ਰਾਤ ਪਈ ਆ ਓਏ ਹੋਏ ਰੋਟੀ ਵਾਲਾ ਤਾਂ ਵੇਖੋ ਅਜੇ ਨਹੀਂ ਬਣੀ ਲੈ ਓਏ ਹੁਣ ਕੋਈ ਕਸਰ ਹੈਗੀ ਭਾਈ ਸਾਡਾ ਬੈਠਾ ਨਾ ਤੈਰੀ ਖਿੱਚ ਕੇ ਲੈ ਓਏ ਹੋਏ ਸੰਗਾ ਓਏ ਖਾ ਲੈ ਰੋਟੀ ਕਮਲੀਏ ਸਹੁਰੇ ਜਾ ਕੇ ਖੋਰੇ ਤੈਨੂੰ ਕਹਿੰਦੇ ਪੁੱਛਣੀ ਕਿ ਨਹੀਂ ਪੁੱਛਣੀ ਰੰਨਾ ਚ ਤੰਨਾ ਇੰਨਾ ਤੇਜ ਆ ਸ਼ੋਰ ਜਾ ਸੌ ਜੀ ਐ ਘਰ ਦੇ ਪਤੰਦਰ ਨੇ ਸਾਰੇ ਕੀਰ ਕੇ ਜੇਬ ਚ ਪਾ ਲਏ ਬੜਾ ਅਸਤਰ ਹੈ ਲੈ ਵੀ ਚਾਚਾ ਸਿਆ ਓਏ ਆ ਜਾ ਲਿਆ ਲਿਆ ਪਾ ਆ ਪਾ ਕੇ ਜੀ ਆ ਰੂੜੀ ਮਾਰ ਕੇ ਸਾਨੂੰ ਕਿਨਾ ਪੀ ਲਈ ਫੇਰ ਕਿਤੇ ਨਾਲੀਆਂ ਚ ਢੇਗਦਾ ਫਿਰ ਤੂੰ ਵੀ ਗਾਲਾ ਨਿੱਕੇ ਦੇ ਭਾਈ ਕੱਲ ਨੂੰ ਰੋਪਨਾ ਤੇ ਜਾਣਾ ਹੈ ਤਿਆਰ ਰਹੀ ਉਹ ਕੋਈ ਨਹੀਂ ਨਾ ਚੱਲਾਂਗੇ ਇੱਕ ਵਾਰੀ ਬਹਿ ਜਾ ਤੂੰ ਉਹ ਨੇ ਕੀ ਉਹ ਸੁਣਾਇਓ ਉਹ ਕਿਹੜਾ ਉਹ ਕਿਹੜੀਆਂ ਹਰੀਆਂ ਭੂਰੀਆਂ ਲੈ ਦੱਸ ਤੂੰ ਸੁਣਾ ਦਿੰਨੀ ਆ ਲੈ ਸੁਣ ਲਓ ਹੁਣ ਚੱਲ ਸੁਣਾਈਏ ਹਰੀਏ ਨੀਰਸ ਪਰੀਏ ਰੱਖਣ ਵੇਲੇ ਦੇਖੇ ਨੀ ਹਾਂ ਠੀਕ ਹੈ ਠੀਕ ਹੈ ਚਲੋ ਚਲ ਬਾਈ ਚਲੋ ਛੇਤੀ ਕਰੋ ਚਲੋ ਪੰਜਾਂ ਪੰਜਾਂ ਦੇ ਦੋ ਹੈਗੇ ਬਾਈ ਤੇਰੇ ਕੋਲ ਐਵੇਂ ਮੁੰਡਿਓ ਘਰ ਘੁਰ ਤਾਂ ਖੈਰ ਸੋਤੀ ਹੈ ਮੁੰਡੇ ਦੀਆਂ ਅੱਖਾਂ ਲਾਲ ਨਹੀਂ ਲੱਗਦੀਆਂ ਜਿਵੇਂ ਕੋਈ ਨਸ਼ਾ ਪਤਾ ਕਰਦਾ ਹੋਵੇ ਨਹੀਂ ਜੀ ਇਹੋ ਜਿਹੀ ਕੋਈ ਗੱਲ ਨਹੀਂ ਇਹ ਤਾਂ ਸਾਡੇ ਨਾਲ ਕੁੱਟੀ ਖੇਡਦਾ ਰਿਹਾ ਜੀ ਨਾਲੇ ਬਹੁਤ ਸਭ ਮੁੰਡਾ ਜੀ ਮੰਨੋ ਮੇਰੀ ਗੱਲ ਅੱਖਾਂ ਤਾਂ ਉਹੀ ਰੱਤੀਆਂ ਜਿਹਦੀਆਂ ਨਾਲੇ ਸਾਡੇ ਪਿੰਡ ਤਾਂ ਸਾਰੇ ਨੂੰ ਕਹਿੰਦੇ ਵੀ ਰੱਤੀਆਂ ਰੱਤੀਆਂ ਜੀ ਅੱਛਾ ਚਲ ਆਇਓ ਨਾ ਫਿਰ ਜੀ ਨਹੀਂ ਠੀਕ ਹੈ ਸਰਪੰਚ ਚਲ ਫਿਰ ਬੋਲੋ ਵਾਹ ਗੁਰੂ ਪਾਓ ਸ਼ਗਨ ਹੁਣ ਆ ਵੀ ਨਿੱਕੇ ਆ ਥਾਲੀ ਫੜਿਓ ਲੈ ਸੀਰਾ ਘਰ ਮੂੰਹ ਮਿੱਠਾ ਭਾਬੀ ਆ ਮੁੰਡਾ ਕੌਣ ਆ ਇਹਦੀ ਦਾਦੀ ਇਹਨਾਂ ਦੇ ਪਿੰਡ ਦੀ ਆ ਵਾਹਵਾ ਆਉਣ ਜਾਣ ਵਾ ਇਹਨਾਂ ਦਾ ਚਮਕੌਰ ਦੇ ਸਹੁਰਿਆਂ ਵੱਲ ਚੰਗਾ ਸੋਹਣਾ ਬੰਦਾ ਠਾਂਦਾ ਵੀ ਹੈ ਜੇ ਸ਼ਰੀਕੇ ਚ ਰਿਸ਼ਤਾ ਹੋ ਜੇ ਤਾਂ ਉਹਦੇ ਵਰਗੀ ਰੀਸ ਨੀ ਭਾਬੀ ਤੂੰ ਸਾਵਨ ਦੀ ਗੱਲ ਤੋਰ ਨਾ ਇਹਨਾਂ ਦੀਆਂ ਪੱਗਾਂ ਦੱਸਦੀਆਂ ਵੀ ਸਾਮੀ ਤਕੜੀ ਹੈ ਮੇਰੇ ਆਰੀ ਤੁਸੀਂ ਦਿੱਤਾ ਲਿਆ ਕੁਛ ਨੀ ਸੋਰੀ ਦੇ ਆਪਦੇ ਆਰੀ ਮੰਗ ਲਓ
ਸਾਈਕਲ ਸੂਕਲ ਤੇ ਲੰਡੀ ਬੁੱਚੀ ਵੀ ਦੇਈ ਜਾਂਦੀ। ਮੋਟਰਸਾਈਕਲ ਮੰਗ ਲਓ। ਹੁਣ ਇਹ ਆ ਪ੍ਰਾਹੁਣਿਆ, ਇਹ ਤਾਂ ਸਿੱਧਾ ਹੈ ਕਬੂਤਰ ਜਾ। ਜਿਵੇਂ ਵਿਚੋਲੇ ਨੇ ਕਹਿਤਾ, ਉਹਦੀ ਹਰ ਗੱਲ ਚ ਹਾਂ 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 ਧੌਣ ਜੀ ਹਿਲਾਈ ਜਾਂਦਾ। ਮੁੰਡੇ ਜੰਮਣੇ ਕਿਤੇ ਸੌਖੇ ਆ, ਮੋਟਰਸਾਈਕਲ ਤੇ ਬਣਦਾ। ਤੂੰ ਕਹਿ ਦੇ। ਠੀਕ ਆ। ਰੋਟੀ ਤਾਂ ਮਿੱਠਾ ਵੀ ਲਓ ਜੀ। ਆ ਜਾ ਫੁੱਫੜਾ। ਬਾਈ ਜੀ, ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂਜੀ ਹਾਂਜੀ, ਕਰੋ। ਹਾਂ ਦੱਸੋ। ਕੱਲ ਲਾਮਾ ਤੋਂ ਪਹਿਲਾਂ ਮੋਟਰਸਾਈਕਲ ਚਾਹੀਦਾ। ਹੁਣ ਜਿੰਨੀ ਜ਼ਮੀਨ ਜਾਇਦਾਦ ਆ ਮੇਰੇ ਰਿਸ਼ਤੇਦਾਰਾਂ ਕੋਲ ਬਣਦਾ। ਹੁਣ ਤਾਂ ਜੀ ਹੋ ਜੂਗਾ ਜੀ, ਦੇ ਦਿਆਂਗੇ। ਆਏ ਕਿਵੇਂ? ਕੁਝ ਨੀ ਹੁੰਦਾ, ਕੁੜੀਆਂ ਵਿਚਾਰੇ ਨੇ ਕਿਹੜਾ ਰੋਈ ਰੋਈ ਲੈਣਾ ਹੁੰਦਾ। ਰੱਬ ਨੇ ਆਪ ਹੀ ਦੇ ਦੇਣਾ ਹੁੰਦਾ ਇਹਨਾਂ ਦੀ ਕਿਸਮਤ ਦਾ ਇਹਨਾਂ ਨੂੰ। ਨਾਲੇ ਕੌਡੀ ਵਾਲੇ ਮੁੰਡੇ ਕਿਹੜਾ ਰੋਈ ਰੋਈ ਲੱਭਦੇ ਆ। ਵੇਖੋ ਤੁਸੀਂ, ਊਠ ਜਿੱਦਾਂ ਜਵਾਨ ਆ। ਗੱਲ ਸੁਣ, ਨਵੀਂ ਪੀੜ੍ਹੀ ਦੀ ਸੋਚ ਦਾ ਫਰਕ ਹੈ। ਉਹ ਮੁੰਡਾ ਠੀਕ ਕਹਿੰਦਾ ਹੈ। ਚੱਲ ਕੋਈ ਨੀ, ਹਾਂ ਕਰ। ਹਾਂ ਠੀਕ ਆ, ਜਿਵੇਂ ਤੁਹਾਡੀ ਖੁਸ਼ੀ ਆ। ਸਾਰਾ ਸਮਾਨ ਕੱਢ ਕੇ ਸਾਂਭ ਲਿਓ ਬਾਈ। ਆਪਣਾ ਕੀ ਨਾਂ ਉਹਦਾ? ਤਵਾ ਜਮਾ ਮੁੱਠੇ ਤਵੇ ਵਰਗਾ। ਸੱਚੀ? ਨਹੀਂ ਸੱਚ ਨਹੀਂ ਯਾਰ, ਸੋਹਣਾ ਆ, ਅੱਖਾਂ ਵੀ ਰੱਤੀਆਂ, ਨਾਲੇ ਮੇਰੇ ਨਾਲ ਕਬੱਡੀ ਖੇਡਦਾ ਰਿਹਾ। ਸੜਿਆ ਜਾ ਨਾ ਹੋਵੇ ਤਾਂ, ਡਰਾ ਹੀ ਦਿੱਤਾ ਸੀ ਮੈਨੂੰ। ਆ ਦਿਲ ਵੇਖ ਮੇਰਾ ਕਿਵੇਂ ਬੁੜਕਣ ਲੱਗ ਪਿਆ। ਚੰਗਾ, ਕੁੰਡੀਆਂ ਮੁੱਛਾਂ ਉਹਦੀਆਂ। ਚੱਲ ਮੈਂ ਚੱਲਦਾ। ਅੱਛਾ ਇੱਕ ਗੱਲ ਹੋਰ ਪੁੱਛਾਂ, ਕੀ ਦੱਸੀ ਨਾ ਕਿਸੇ ਨੂੰ? ਨਹੀਂ ਦੱਸਦਾ। ਤੂੰ ਤਾਂ ਮੁੰਡਾ ਹੈ ਨਾ, ਤੈਨੂੰ ਪਤਾ ਹੋਊਗਾ। ਪਹਿਲੀ ਰਾਤ ਇੱਕੋ ਭਾਂਡੇ ਚ ਦੁੱਧ ਪੀਣਾ ਪੈਂਦਾ। ਹਾਂ, ਇੱਕੋਟੋ ਇੱਕੋਟੋ ਫੇਰ ਇੱਕੋਟੋ ਫੇਰ ਇੱਕੋਟੋ। ਹਾਏ, ਮੈਂ ਤਾਂ ਜੂਠਾ ਪੀਂਦੀ ਨੀ, ਮੈਨੂੰ ਤਾਂ ਉਲਟੀ ਆਜੂ। ਤੂੰ ਐ ਕਰੀ, ਪਹਿਲਾਂ ਤੂੰ ਪੀ ਲਈ, ਉਹ ਬਾਅਦ ਚ ਪੀ ਲੂਗਾ। ਹਾਂ ਆ ਠੀਕ ਆ, ਪਰ ਜੇ ਨਾ ਮੰਨਿਆ ਫੇਰ? ਲੈ, ਉਹ ਕਿੰਨੀ ਤਾਂ ਤੈਨੂੰ ਮਹਿੰਦੀ ਚੜੀ ਆ, ਉਹ ਤੈਨੂੰ ਤੇ ਬਹੁਤ ਪਿਆਰ ਕਰਦਾ ਹੋਣਾ ਉਹ। ਚੱਲ ਮੈਂ ਚੱਲਦਾ। ਮਹਿੰਦੀ ਜਿਹੜੀ ਤਾਂ ਸੱਸ ਪਿਆਰ ਕਰਦੀ ਹੁੰਦੀ ਆ। ਉਹ ਸੱਸ ਦੀਆਂ ਤੇ ਐਵੇਂ ਗੱਲਾਂ ਹੀ ਬਣੀਆਂ, ਅਸਲ ਗੱਲ ਵਿੱਚ ਉਹੀ ਆ ਵੀ ਘਰ ਵਾਲਾ ਪਿਆਰ ਕਰਦਾ ਹੁੰਦਾ। ਵੈਸੇ ਨਾਨੀਆਂ ਮਹਿੰਦੀ ਕਿਉਂ ਲਾਉਂਦੇ ਹੁੰਦੇ ਆ? ਵੇ ਪੁੱਤ, ਸ਼ਗਨਾਂ ਦੀ ਆ, ਚਾਹ ਹੁੰਦਾ। ਤੇ ਮੈਂ ਤੋਂ ਵੱਧ ਚਾਹ ਕਿਨੂੰ ਹੋ ਸਕਦਾ ਵਿਆਹ ਦਾ? ਐਵੇਂ ਲਵਾਉਂਗਾ ਮਹਿੰਦੀ। ਉਹ ਭਾਬੀ ਮੇਰੇ ਵੀ ਲਾਓ ਮਹਿੰਦੀ ਜੀ। ਅੱਛਾ ਚੱਲ ਮੇਰੇ ਨਾਲ ਕੰਮ ਕਰ। ਬੀਬੀ, ਹਾਂ ਪੁੱਤ। ਉਹ ਬੀਬੀ, ਹਾਂ ਉਰੇ ਆ। ਆਈ
हां दस मेरे तां मेहंदी लगी है अब पूरा जरदा ही रगड़ दे मर पर दफा होना ब्याह वाले दिन बथाड़ ना बनाली मेरे को के गया ना हो गए ते ओ और कार चला दे यार अबड़ियां तैवें चिक्की जानियां ब्याह होवे जा मर्ग इना दा इको ही राग है ना चा दा पता ना अफसोस दा ओ लोकां नू पता तां लगे वी चमकौर सिंह दा ब्याह नहीं तां इना दा स्यापा सुन के अद्धे पिंड ने ऐ समझणा के साडा बुढ़ा रुड़ गया आ कुड़ियां नू कहो रोटी रोटी खा लैणगीआं हुण तां ठीक आ पहला दुध पड़ा के आ की नू ओ क्या सिंधी का बुढ़ा पड़ाया उन जाके ਬੇਬੇ ਵਾਲੇ ਕਮਰੇ ਚ ਰੱਖਦੀ ਆ ਇਹਨੂੰ ਆਹੋ ਰੱਖਦਾ ਆ ਭਾਈ ਦੁੱਧ ਵਾਲੀ ਬਾਲਟੀ ਆ ਧਿਆਨ ਨਾਲ ਵਰਤੀਓ ਇਹ ਕਿਵੇਂ ਇਹ ਤਾਂ ਬੇਬੇ ਰੂਪ ਦੇ ਦਾਤ ਚ ਦੇਣਾ ਉਹ ਅੱਜ ਮੁੰਡੇ ਦਾ ਫੁੱਫੜ ਕਹਿੰਦਾ ਨਾ ਕੱਲ ਫੇਰਿਆਂ ਤੋਂ ਪਹਿਲਾਂ ਮੋਟਰਸਾਈਕਲ ਚਾਹੀਦਾ ਚੱਲ ਚੱਲ ਲਾਈਏ ਥੱਲੇ ਇਹਨੂੰ ਆ ਜੀਤ ਹੱਥ ਲਵਾ ਓਏ हवाई जहाज मंगणगे ना दे दोगे फिर ना सरपंचा तू तो सियाणा बंदा सी नाल एडे माड़े बंदे आ भाई चल छड्ड बेबे हुण जदों लै ही आए तां दे देंगे की हुंदा है गल समान दी नहीं सेवका गल जबान दी है कल नू कुड़ी नू कुट्टण मारनगे ना फेर बेबे मैं नहीं तोरनी आप दी थी एहो जे करे बीबी कमली हो गई है तू बाहर गिद्दा पई जांदा है सारा मेल आया बैठा है तड़के जानना होनी है बेबे जे एहो जे मौके ते रूप दा रिश्ता टुटू ता लोक ता रूप च ही नुक्स देखणगे ना फिर कौन लऊ रूप दा रिश्ता की गल भई सारा कुड़मा अंदर बड़ा बैठा है असी नचार है चलो चाची बाहर सारे जाने देइए गेड़ा चल चाची हुण सोचदी की है इहदे भतीजे नाल कर दिंदे आ निक्के नाल निक्के नाल निक्के नाल की देख भाई सदागरा उस करे तां असी कुड़ी तोरनी नहीं असी रूप दा ब्याह निक्के नाल करना कल नूं पता नहीं तुसी की कही जाने हो मैनू ता कुछ पता नहीं लगता मेरे वर्गे नाले चाचे नू कौन पुछदा है भूआ तो पुछना ही पऊगा ना चाची ला आ खड़ा पिंड बिंद च बग जांगे ले भैण नाल गल कर लेने आ चल मुंडिया कड ट्रैक्टर चलो चलो मैं भी नाल चलदा आओ चलिए ठीक है चल भाई चल चलो ਅਧੀ ਰਾਤ ਨੂੰ ਮੂੰਹ ਚੱਕ ਕੇ ਘਰੇ ਆਵੜੇ ਐਂ ਵਿਆਹ ਹੁੰਦੇ ਹੁੰਦੇ ਨੇ ਤੂੰ ਤਾਂ ਬਸ ਐਵੇਂ ਕਰਦਾ ਖੜ ਜਾ ਤੇਰੇ ਗੋਲੀ ਤਾਂ ਨਹੀਂ ਮਾਰਦੇ ਉਹਨਾਂ ਨੂੰ ਸ਼ੌਕ ਹੈ ਅੱਧੀ ਰਾਤ ਨੂੰ ਗੇੜੇ ਮਾਰਨ ਦਾ ਜੇ ਆਪਾਂ ਰਿਸ਼ਤੇਦਾਰਾਂ ਦੇ ਦੁੱਖ ਦੇ ਸੁੱਖ ਤੇ ਕੰਮ ਨਾ ਆਏ ਤਾਂ ਫੇਰ ਉਹ ਮੈਨੂੰ ਪਤਾ ਹੈ ਤੂੰ ਆਪਦੇ ਪੇਕਿਆਂ ਦੇ ਤੀਜੀ ਫਿਰਦੀ ਹੈ ਪਰ ਮੈਂ ਤਾਂ ਆਪਦਾ ਪੋਤਾ ਵਿਆਹਣਾ ਨਾ ਸਾਰੇ ਪਿੰਡ ਦੇ ਜਵਾਨ ਦਿੱਤੇ ਆ ਮੈਂ ਬਈ ਮੈਂ ਫਦੀਕ ਦਾ ਖੜਾ ਲਵਾਉਂ ਮੇਰੇ ਪਿੰਡ ਵਾਲੇ ਤਾਂ ਮਰਨ ਤੇ ਆਏ ਨੇ ਤੈਨੂੰ ਅੱਗ ਲੱਗੀ ਹੈ ਖਾੜੇ ਦੀ ਕੱਲਾ ਕੱਲਾ ਪੋਤਾ ਹੈ ਮੇਰਾ ਨਾਲੇ ਮੈਂ ਆਪਦੇ ਹਿਸਾਬ ਨਾਲ ਲੈਣ ਦੇਣ ਦੀ ਗੱਲ ਵੀ ਕਰਨੀ ਹੈ ਆ ਸਿਆਪਾ ਤਾਂ ਦਾਜ ਦਾ ਵੇ ਮਾਇਆ ਨਾਲ ਇੰਨਾ ਮੋਹ ਨਹੀਂ ਕਰੀਦਾ ਹੁੰਦਾ ਅਗਲੀ ਜੂਨ ਚ ਰੱਬ ਤੈਨੂੰ ਕਾਲਾ ਨਾਗ ਬਣਾਓ ਫਿਰ ਘੜੀਜਦਾ ਰਹੀ ਢਿੱਡ ਗਲੀਆਂ ਚ ਉਹ ਗੱਲ ਸੁਣੋ ਮੇਰੀ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਨਾ ਵੀ ਤੁਹਾਡੇ ਪਿੰਡ ਦੀ ਕੁੜੀ ਮੇਰੇ ਘਰੇ ਨਹੀਂ ਆ ਸਕਦੀ ਆ ਕਿੰਨੇ ਕੰਨੀ ਹੱਥ ਲਵਾਏ ਪਏ ਨੇ ਦੇਖ ਭਾਈ ਪ੍ਰਾਹੁਣਿਆ ਭਾਵੇਂ ਤੂੰ ਰਾਜੀ ਰਹਿ ਭਾਵੇਂ ਗੁੱਸੇ ਰਹਿ ਹੁਣ ਮੈਂ ਆਈ ਹਾਂ ਰਿਸ਼ਤਾ ਤਾਂ ਮੈਂ ਕਰਕੇ ਜਾਊਂਗੀ ਉਹਨਾਂ ਦੋਸਤਾਂ ਨੂੰ ਤਾਂ ਮੈਂ ਕੁੜੀ ਦੇਣੀ ਨੀ ਜਵਾਕਾਂ ਦਾ ਪਿਓ ਜਾਂਦਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਪੱਟ ਤੇ ਮੋਰਨੀ ਪਵਾਈ ਸੀ ਉਹਨੇ ਕੈਰੀ ਨਾਲ ਦਾ ਫੈਰ ਮਾਰਨਾ ਸੀ ਉਹ ਦਿੰਦਾ ਇਹਨਾਂ ਨੂੰ ਬੰਬੂ ਕਾਟ ਨਾਲੇ ਇਹ ਤਾਂ ਹਜੇ ਨਿਆਣੇ ਆ ਅੱਛਾ ਆ ਐਡੀਆਂ ਐਡੀਆਂ ਉਮਰਾਂ ਵਾਲੇ ਨਿਆਣੇ ਆ ਇਹ ਦੇਖ ਗੁਰਦਿੱਤ ਸਿਆ ਵਰਤਣਾ ਤਾਂ ਕੁੜੀ ਨੇ ਭੈਣਾ ਹੀ ਹੈ ਨਾ ਨਾ ਤੈਨੂੰ ਕੀ ਤਰਾਜ ਹੈ ਜੀ ਤੋਂ ਬਿਨਾਂ ਨਹੀਂ ਬੋਲਦੀ ਪੋਤੀ ਮੇਰੀ ਓ ਯਾਰ ਬੰਦੇ ਦੇ ਕੁਝ ਚਾਰ ਹੁਣ ਪੌਂਕ ਕਰ ਲਰਦੇ ਮੰਦੀਆਂ ਪੂਰੀਆਂ ਹੈ ਨਹੀਂ ਨਾ ਮਰ ਗਿਆ ਜੇ ਕਿਤੇ ਅੱਜ ਮੇਰਾ ਪਿਓ ਜਿਉਂਦਾ ਹੁੰਦਾ ਨਾ ਮੈਂ ਮਾਰ ਕੇ ਗੰਡਾ ਸਾ ਸਿਰ ਪੜ ਦੇਣਾ ਸੀ ਉਹਦਾ ਬਈ ਤੈਨੂੰ ਆਹੀ ਮਿਲੀ ਸੀ ਮੇਰੇ ਮੱਥੇ ਮਾਰਨ ਨੂੰ ਫੁੱਫੜ ਤਾਂ ਅੱਗ ਹੈ ਭਾਬੀ ਨੇ ਆਪੇ ਠੀਕ ਹੋ ਜਾਣਾ
ਤੁਸੀਂ ਜਾ ਕੇ ਵਿਆਹ ਦੀਆਂ ਤਿਆਰੀਆਂ ਕਰੋ। ਚਲੋ ਵੇ ਮੁੰਡਿਓ ਚਲੋ ਇਸ ਟਾਗਰਾ ਨਿੱਕੇ ਨੂੰ ਵਿਆਹ ਵਾਲੀ ਗੱਲ ਨਾ ਦੱਸੀ, ਘਰੇ ਆ ਜਾਊਗਾ ਮੈਂ ਆਪੇ ਦੱਸ ਦੂੰਗੀ। ਸੱਤ ਬੱਚੜ ਵੇ ਬੂਟਿਆ ਵੇ ਪੁੱਤ ਬੂਟਿਆ ਬੀਬੀ ਸਭ ਸੁਪਤਾ ਨੀ ਆ ਗਿਆ ਘਰੇ? ਬੇ ਨਹੀਂ ਗੱਲ ਸੁਣ, ਆਪਣੀ ਬਹੂ ਨੂੰ ਬਿਠਾ ਲੈ, ਤੜਕੇ ਆਪਾਂ ਨਿੱਕਾ ਵਿਆਹ ਜਾਣਾ। ਨਿੱਕਾ ਵਿਆਹ ਜਾਣਾ? ਨਿੱਕਾ ਤਾਂ ਮਾਮੇ ਕੋਲੇ ਗਿਆ ਹੋਇਆ। ਬੇ ਤੂੰ ਬਾਹਲਾ ਵਕੀਲ ਨਾ ਬਣ, ਛੇਤੀ ਕਰ, ਮੈਂ ਹਾਲ ਸਾਰੇ ਪਿੰਡ ਚ ਵੀ ਜਾਣਾ। ਤੇਰਾ ਪਿਓ ਤਾਂ ਪੰਡ ਬਣੀ ਪਿਆ, ਮੈਨੂੰ ਹੀ ਫੂਕਣਾ ਭੌਕਣਾ ਪੈਣਾ ਸਾਰੇ ਪਿੰਡ ਚ। ਤੂੰ ਸਾਈਕਲ ਚੱਕ ਕੁੜੀ ਦੇ ਪ੍ਰਾਹੁਣੇ ਨੂੰ ਲੈ ਆ, ਛੇਤੀ ਕਰ ਜਾ ਮੇਰਾ ਬੱਗਾ ਸ਼ੇਰ। ਠੀਕ ਹੈ ਬੀਬੀ। ਮਰ ਜਾਣਾ ਸਾਈਕਲ ਤਾਂ ਲੈ ਲਾ। ਠੀਕ ਹੈ ਬੀਬੀ ਦਾ ਲੱਗਦਾ ਨਿੱਕੇ ਦਾ ਵਿਆਹ ਮਿੰਦੋ ਕੀ ਆ ਉੱਠੇ ਨਾ ਬੁੜੇ ਕਿਵੇਂ ਰਾਤ ਨੂੰ ਤੱਪੀ ਫਿਰਦੀ ਆ? ਉਹ ਨਾ ਬੀਬੀ ਕਹਿਣ ਆਈ ਸੀ ਵੀ ਨਿੱਕੇ ਨੂੰ ਵਿਆਹਣ ਜਾਣਾ ਤੜਕੇ, ਠਾ ਲੈਣ ਡਾਕਟਰ ਨੂੰ, ਉੱਠਾ ਤੇਰੇ ਵੀਰੇ ਦਾ ਵਿਆਹ। ਨਿੱਕੇ ਨੂੰ ਵਿਆਹਣ ਜਾਣਾ? ਨਾ ਮੇਰੀ ਭੈਣ ਦਾ ਕੀ ਬਣੂਗਾ? ਮੈਨੂੰ ਪਤਾ ਸਭ ਉਸ ਬੁੜੀ ਦੀ ਕਰਤੂਤ ਆ, ਜਾਣ ਕੇ ਹੁਣ ਦੱਸਣ ਆਈ ਆ। ਮੇਰੀ ਗੱਲ ਸੁਣ ਲਾ, ਮੈਂ ਤੇ ਡਾਕਟਰ ਨੇ ਨਹੀਂ ਜਾਣਾ। ਮੈਂ ਤਾਂ ਜਾਊਂਗਾ, ਮੈਂ ਸਰਬਾਲਾ ਬਣਨਾ। ਪੜਾਵਾਂ ਤੈਨੂੰ ਸਰਬਾਲਾ? ਚੁੱਪ ਕਰਕੇ ਪੈ ਜਾ, ਜਿਵੇਂ ਚੱਪਲ ਚੱਕ ਲਈ ਨਾ ਇੰਨੀਆਂ ਅਣਗਿਣਤ ਸਲਾਮੀਆਂ ਪੈਣੀਆਂ ਤੇ ਥੱਗਣੀਆਂ ਨਹੀਂ ਜਾਣੀਆਂ। ਪੜੂ ਇਹ ਸਰਬਾਲਾ, ਮੈਂ ਸਭ ਜਾਣਦੀ ਬੁੜੀ ਦੀਆਂ ਕਾਰਸਤਾਨੀਆਂ, ਹੁਣ ਅੱਧੀ ਰਾਤ ਪਾਉਂਦੀ ਫਿਰਦੀ ਵਿਆਹ ਦੇ ਸੱਦੇ ਦਿੰਦੀ। ਮੈਂ ਵੀ ਪਿਓ ਦੀ ਧੀ ਨੀ ਜੇ ਵਿਆਹ ਚ ਵੜਾਂ। ਚੱਲ ਪੁੱਤ ਕੀਤੇ ਸੌਂ ਜਾ, ਚੱਲ ਲੈ ਆ ਗਏ ਬੇਬੇ ਹੁਣੀ। ਆ ਕਿਹੜਾ ਹੈ ਓਹੋ ਬੇਬੇ ਕੀ ਕਹਿੰਦੇ ਹੋ? ਜੀ ਜੀ ਦਾ ਤੇ ਹਾਂ ਚਾਚਾ ਕੀ ਕਹਿੰਦੇ? ਚਲੋ ਕੀ ਹੋਇਆ ਚਾਚਾ? ਉੱਠਦਾ ਸਹੀ ਦੱਸਦਾ ਤੈਨੂੰ। ਓਏ ਇੱਧਰ ਨੀ, ਇੱਧਰ ਪਈਆਂ ਚੱਪਲੀਆਂ। ਹੁਣ ਤੇਰਾ ਨਿੱਕੇ ਨਾਲ ਵਿਆਹ ਹੋਣਾ। ਚੱਲ ਬੇ ਸੌਂ ਜਾ ਕੇ। ਨੀ ਕੁੜੀਓ ਉੱਠੋ ਮਾੜਾ ਜਾ, ਚਲੋ ਬਾਹਰ। ਨੀ ਤੂੰ ਵੀ ਚਲੋ ਬਾਹਰ। ਧੀਏ ਸਭ ਠੀਕ ਹੋ ਗਿਆ, ਹੁਣ ਤੂੰ ਫਿਕਰ ਨਾ ਕਰ। ਉਹ ਤਾਂ ਮੇਰਾ ਬੇੜੇ ਸਿਰ ਦਿਮਾਗ ਕੰਮ ਕਰ ਗਿਆ, ਨਹੀਂ ਉਹ ਕਮੂਤਾ ਨੇ ਤਾਂ ਤੈਨੂੰ ਖੂਹ ਚ ਧੱਕਾ ਦੇ ਦੇਣਾ ਸੀ। ਤੂੰ ਖੇਡਦੀ ਰਹੀ ਉਹਦੇ ਨਾਲ, ਚੰਗੀ ਤਰ੍ਹਾਂ ਜਾਣਦੀ ਆ ਉਹਨੂੰ, ਇਹ ਤਾਂ ਤੇਰੇ ਲਈ ਹੋਰ ਵੀ ਚੰਗਾ। ਤੇਰਾ ਵਿਆਹ ਹੁਣ ਨਿੱਕੇ ਨਾਲ ਹੈ। ਓ ਮੇਜਰਾ ਓਏ ਆ ਗਿਆ ਚਾਚਾ, ਆ ਦੇਖ ਲੈ ਗੁਰਾ ਬੁੜਾ ਆਂਦਾ ਸੀ ਨਿੱਕੇ ਦੇ ਵਿਆਹ ਚ ਸ਼ਰੀਕ ਲਾਉਣਾ, ਆ ਛੁਣ ਲੈ ਛੁਣਛਣਾ ਸ਼ਰੀਕ। ਓ ਸਾਡੇ ਤਾਂ ਡਾਕਟਰ ਆਇਆ ਸੀ ਕਹਿਣ, ਮੈਂ ਤਾਂ ਕਿਹਾ ਕਿਤੇ ਛੇੜ ਦਾ ਕਮਾਲ ਹੋ ਗਈ ਯਾਰ। ਪਾਪਾ ਪਾਪਾ ਮੈਂ ਵੀ ਜਾਣਾ। ਓਏ ਖੜ ਜਾ ਯਾਰ ਇੱਕ ਮਿੰਟ, ਮੈਨੂੰ ਪਤਾ ਤਾਂ ਕਰ ਲੈਂਦੇ ਪਹਿਲਾਂ, ਟਿੱਚਰ ਤਾਂ ਨਹੀਂ ਕਰਦੇ? ਜਾ ਜੂੜਾ ਠੀਕ ਕਰਾ ਕੇ ਆਪਦੀ ਮਾਂ ਤੋਂ। ਚੱਲ ਚੱਲੀਏ ਚਾਚਾ, ਆਪਾਂ ਪਤਾ ਕਰਦੇ ਆ ਕੀ ਚੰਦ ਚਾੜਨ ਲੱਗੇ ਆ। ਯਾਰ ਨਾਜਰ ਸਿਆ ਹੈਂ, ਐ ਤਾਂ ਕੋਈ ਯਾਰ ਮਕਾਨ ਤੇ ਨਹੀਂ ਸਾਦਾ ਜਿਵੇਂ ਇਹਨਾਂ ਨੇ ਵਿਆਹ ਤੇ ਸੱਦ ਲਿਆ। ਧਰਮ ਨਾ ਬਾਈ ਗੋਰੇ ਕਟੋਲਾ ਵੀ ਬਾਹਲਾ ਕੰਮ ਲਾ, ਤੈਨੂੰ ਪਤਾ ਬੁੜੀ ਦੀ ਚੱਲਦੀ ਏ, ਬਾਈ ਦੀ ਤਾਂ ਚੱਲਦੀ ਨੀ। ਲੈ ਆ ਸੀ ਵੀ ਪੱਕਾ ਬੁੜੀ ਦੀ ਲੱਗੀ। ਓਏ ਕਿਉਂ ਜ਼ੋਰ ਲਾਈ ਜਾਨਾ, ਮੈਂ ਅੰਦਰਾਂ ਬਾਹਰ ਕਢਾਏਗਾ, ਨਾ ਪੁੱਛਣ ਆਲਾ ਹੋਵੇ। 6 ਵਾਲੀ ਗੱਡੀ ਹੁਣ 3 ਵਜੇ ਕਿਵੇਂ ਆਜੂ? ਮੈਂ ਤਾਂ ਆਪ ਟੱਕਰਾਂ ਮਾਰ ਮਾਰ ਹੰਭ ਗਏ ਯਾਰ। ਆ ਕਿਹੜਾ ਉੱਟਾ ਤਾਂ ਹੋਇਆ? ਕੀ ਗੱਲ ਤੇ ਦੱਸ ਦੇ ਯਾਰ। ਉਹ ਦੱਸ ਦੂੰਗਾ ਮੈਂ। ਉਹ ਬਾਪੂ ਠੀਕ ਆ? ਹੁਣ ਤੱਕ ਦੌਰਾ ਦੂਰਾ ਪੈ ਗਿਆ? ਉਹ ਨਹੀਂ ਨਹੀਂ, ਕਿਸੇ ਨੂੰ ਕੁਛ ਨਹੀਂ ਹੋਇਆ। ਬੇਬੇ ਵੀ ਠੀਕ ਆ? ਹਾਂ ਬੇਬੇ ਵੀ ਠੀਕ ਆ। ਉੱਤੋਂ ਵਿਆਹ ਤੇ ਚੁੱਕ ਲੈ, ਕੋਈ ਗੱਲ ਤੇ ਦੱਸ ਹੈ ਕੀ ਆ? ਉੱਤਰ ਚੱਲ।
ਓ ਬਾਪੂ ਸਾਡਾ ਮਰ ਗਿਆ ਓਏ ਓ ਬਾਪੂ ਮਰ ਮੇਰੇ ਸਾਲਿਆਂ ਦੇ ਕੀ ਲੱਛਣ ਕਰਦੇ ਆ ਇਉਂ ਨਹੀਂ ਮਰਦਾ ਮੈਂ ਆਪਣੇ ਆ ਜਾ ਮੇਰੇ ਪੁੱਤ ਕੀ ਹੋਇਆ ਬੇਬੇ ਕੁਛ ਨੀ ਆ ਜਾ ਦੱਸਦੀ ਹਾਂ ਭਾਈਆ ਪੁੱਤ ਕੀ ਹੈ ਤੇਰਾ ਵਿਆਹ ਕਿਉਂ ਭਾਈਆ ਭਾਈਆ ਇੱਧਰ ਦੇਖ ਲੈ ਸਵਾਰ ਕੇ ਲਾ ਹਾਂ ਇੱਧਰ ਨੂੰ ਕਰ ਇੱਥੇ ਲਾ ਹਾਂ ਸਮਾਰ ਕੇ ਲਾ ਬੇਬੇ ਬਸ ਦਾਗਰਾ ਹਾਂ ਭੂਆ ਮੁੰਡੇ ਦੀ ਨਹਾਈ ਧੋਈ ਕਰਾਓ ਭਾਈ ਆਉਣਾ ਭੂਆ ਕੋਈ ਗੱਲ ਨਹੀਂ ਕੀ ਹੈ ਤੈਨੂੰ ਨਹੀਂ ਪਤਾ ਉਹ ਮੈਨੂੰ ਲੱਗਦਾ ਤੇਰੇ ਲੱਛਣਾਂ ਦਾ ਪਤਾ ਲੱਗ ਗਿਆ ਤਾਂ ਤੈਨੂੰ ਮੂੰਹ ਨੇੜੇ ਡੁੱਕਣ ਲੱਗੇ ਆ ਦੁਸ਼ਮਣਾ ਲੀੜੇ ਪਾ ਸਾਰਾ ਪਿੰਡ ਆ ਗਿਆ ਕਿਉਂ ਜਲੂਸ ਕਢਾਉਣਾ ਮੈਂ ਨਹੀਂ ਜਾਣਾ ਸਰਜੂ ਗੱਲ ਸੁਣ ਲੈ ਮੇਰੇ ਮੈਨੂੰ ਬੁਲਾਇਓ ਨਾ ਤੂੰ ਵੱਡੀ ਲਾਣੇਦਾਰ ਨੀ ਬਣੀ ਫਿਰਦੀ ਨਾ ਹੁਣ ਕਰ ਲੈ ਆਪਦੀਆਂ ਮਨ ਆਈਆਂ ਸੁਣਨੀ ਤੇ ਕਿਤੇ ਕੰਜਰ ਦੇ ਹੈ ਨਹੀਂ ਮੈਂ ਤਾਂ ਘਰ ਚ ਕੁੱਤਾ ਰੱਖਿਆ ਪੌਂਕਣ ਨੂੰ ਭੂਆ ਚੱਪਣੀਆਂ ਤਾਂ ਹੈ ਨੀ ਲਾ ਮੁੰਡੇ ਨੂੰ ਪਕੜੇ ਤੋਂ ਕੀ ਹੈ ਨਾ ਲੀੜਾ ਨਾ ਬੂਟ ਕੱਖ ਵੀ ਨੀ ਹੈਗਾ ਕੀ ਬੇ ਪੁੱਤ ਪੁੰਨ ਦਾ ਕੰਮ ਹੈ ਕੀ ਸਾਲ ਮਗਰੋਂ ਤੇ ਕੀ ਸਾਲ ਪਹਿਲਾਂ ਲੈ ਆ ਦੇਖ ਤਾਂ ਮੈਨੂੰ ਤੇ ਪਹਿਲਾਂ ਹੀ ਲਾਈ ਫਿਰਦਾ ਰੱਬ ਆਪੇ ਸਿੱਧੀਆਂ ਪਾ ਦਿੰਦਾ ਆ ਤੇਰਾ ਚਾਚਾ ਤੇਰੇ ਲਈ ਲੀੜਾ ਲੈਣ ਗਿਆ ਬਿਸ ਦਾ ਗਰਾ ਮੁੰਡੇ ਨੂੰ ਗੋਦੀ ਚੱਕ ਤੇ ਠੁੱਟੀਆਂ ਤੇ ਛਾਲ ਮਾਰ ਮਰਵਾ ਦੇ ਖੂਹ ਛਾਲ ਫੁੱਫੜਾ ਨੋਟ ਨਾ ਪਾੜ ਦੇ ਕਿਤੇ ਫੜਾ ਕੁੜੀਆਂ ਦੀ ਸ਼ਗਨ ਹੋ ਗਿਆ ਸ਼ਗਨ ਪਾਓ ਲੱਡੂ ਮੂੰਹ ਚ ਹਾਂ ਖੁਸ਼ ਹੋ ਕੁੜੀਓ ਬੰਦ ਕਰੋ ਪਾਪੇ ਦੇ ਵਿਆਹ ਤੇ ਆਏ ਸਾਲੇ ਚਿਤ ਕਬਰੇ ਜੇ ਨਾ ਤੂੰ ਟੂਈ ਚ ਲੈਣਾ ਸੀ ਮੋਟਰਸਾਈਕਲ
जिहो जिहा थोड़ा आसियान है थोनू कोई साइकिल की ट्यूब ना दे पाड़ते हैं बंबू काट पतंदरा ने गड़ौंदे वर्गी रन हथों कढ़ा के रखती सरदार जी असीं जाइए फिर ना ना बैठो इत्थे कोठा छत दे थोड़े लई पापा जी लड्डू खा रहे हैं ओ तैनू हुणे ना खवा दा मैं बालू साईयां मेरी गल सुन लो जे किसे ने लड्डू नू हाथ लाए ना लत्तां तड़ू मैं कल्ले कल्ले दियां सारे रूड़ी ते सुट के आऊं लड्डू मैं तुसीं गए नहीं हले कल्ला मैं जुत्ती चलो मैं पार दूं बैंड बाजा थोड़ा भाई रोटी पानी खा लो उठ के भाई जवाको आलो ना करो सट खा लोगे भाई गुरे मकला भाभी आ गया आ जनानी ता तेरे घर दिया खुशियां खा के भाई मेरा बापू मैनू आदा हुंदा सी जनानी ता पैर दी जुत्ती हुंदी है थोड़े दिन बाद झाड़ लो नहीं ता पैर बढ़दी है भाई मैनू ता निक्का भी नहीं खुश लगदा ओ खुश किवें होवे चाचे ओनू किसे ने पुछया भी नहीं भाई ब्याह तू कुड़ी नहीं कराउणा सी कोई होर साले मुंडे नाल कराउणा सी बाबे मैं हुण तैनू की दसा परसों चौथे तक थोड़ी इज्जत दी फुलकारी उड्डी लै सारे पिंड च की बंकी जाना चल छड्ड परा इहनू नानी आउंदा मैं की कहिंदा सी भैया जनानिया नु अकल उकल नहीं हुंदी ए तां भेड़ा वर्गियां हुंदियां यार जे अकल हुंदी तां ए जान ना जांदियां ओए नजरा की दसां तैनू एक समझदी नहीं दो दो बहगे मेरे सराने ओए रल गईयां मैं तां बथेरा पिटिया एक नहीं सुनी मेरी बस आपदा ही टट्टू दबले गईयां लै फड़ रोटी खा लै मैंने खानी क्यों दबाउणा लिया तेरियां अंदरां अकड़ जाणगियां पे तेरा कुछ नहीं जाना मेरी चुन्नी चिट्टी कराएगा तू मैं कहना नहीं खानी ना खा आ मंगला रोटी खा के कुत्तिया नु पाया वे चंगा बेबे अब ब्याज बेचारे जी भूखे रहे होंगे कुत्ते दा वध फिकर है तैनू तीन दिन हो गए भूखे मरी जांदे नु तैनू को पुछदा नहीं गुरे भाई ऐ कर तू ता फाहा ले ला ਭਾਬੀ ਕਹਿੰਦੀ ਸੀ ਲਾਉਂਦੇ ਹੁੰਦੇ ਆ ਨਿੱਕੇ ਭਾਬੀ ਕਹਿੰਦੀ ਸੀ ਸੰਗੀ ਜੇ ਨਾ ਸੰਗੀ ਤੂੰ ਮੈਨੂੰ ਗਲਤ ਸਮਝੇਗਾ ਪਰ ਇਹ ਮੈਨੂੰ ਤਾਂ ਤੇਰੇ ਤੋਂ ਸੰਗ ਹੀ ਨਹੀਂ ਆਉਂਦੀ ਕੋਈ ਗੱਲ ਨਹੀਂ ਹਲੇ ਤੂੰ ਪਹਿਲਾਂ ਪੀ ਲਾ ਮੈਂ ਤਾਂ ਝੂਠਾ ਵੀ ਪੀ ਲੂੰਗਾ ਹਾਏ ਤੂੰ ਮੈਨੂੰ ਗਲਤ ਨਾ ਸਮਝੀ ਮੈਂ ਵਿਆਹ ਤੋਂ ਪਹਿਲਾਂ ਤੇਰੇ ਨਾਲ ਇਹੋ ਜਿਹੀਆਂ ਗੱਲਾਂ ਕਰਦੀ ਸੀ ਮੈਨੂੰ ਜਿਹਦੀ ਮਰਜ਼ੀ ਸੌਂ ਲੱਗੇ ਮੇਰੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਸੀ ਠੀਕ ਆ ਹਾਏ ਮੈਂ ਤਾਂ ਸਾਰੇ ਪੀ ਗਈ ਚੱਲ ਕੋਈ ਗੱਲ ਨਹੀਂ ਮੁੱਛਾਂ ਪੂੰਝ ਲਾ ਪੈ ਜੀਏ ਭਾਬੀ ਕਹਿੰਦੀ ਸੀ ਐ ਨੀ ਪੈਣਾ ਹੋਰ ਕਿਵੇਂ ਪੈਣਾ ਮੈਨੂੰ ਤਾਂ ਕਿਸੇ ਨੇ ਕੁਝ ਦੱਸਿਆ ਹੀ ਨਹੀਂ ਮੈਨੂੰ ਸੰਗ ਆਉਂਦੀ ਹੈ ਕਹਿੰਦੇ ਚ ਦੱਸ ਦੇ ਤੁਸੀਂ ਪਹਿਲਾਂ ਪੈ ਜਾਓ Thank you.
ਬੀਬੀ ਨੇ ਕਿਹਾ ਸੀ ਐ ਪੈਣਾ। ਮੈਂ ਜ਼ਿਆਦਾ ਭਾਰੀ ਤਾਂ ਨਹੀਂ? ਨਹੀਂ ਠੀਕ ਆ। ਤੇਰਾ ਕਾਲਜਾ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਬੁੜਕ ਰਿਹਾ। ਐ ਤਾਂ ਮੇਰੀ ਧੌਣੀ ਆਕੜ ਜੂਗੀ, ਮੈਂ ਬਾਂਹ ਤੇ ਸਿਰ ਰੱਖ ਲਾਂ। ਤੂੰ ਮੈਨੂੰ ਸੱਚੀ ਗਲਤ ਨਾ ਸਮਝੀ ਚੰਗਾ, ਮੈਨੂੰ ਤਾਂ ਭਾਬੀ ਨੇ ਕਿਹਾ ਸੀ ਤਾਂ, ਨਹੀਂ ਤਾਂ ਮੈਂ ਅੱਡ ਮੰਜੇ ਤੇ ਪੈਣਾ ਸੀ। ਉਹਨਾਂ ਦੀ ਨੀਤ ਨਹੀਂ ਹੋਣੀ, ਮੇਰਾ ਤਾਂ ਐਵੇਂ ਨਾ ਹੀ ਲੱਗ ਗਿਆ। ਇਹਦੇ ਨਸ਼ੇ ਪੱਤੇ ਦਾ ਪਤਾ ਲੱਗ ਗਿਆ ਹੋਣਾ ਉਹਨਾਂ ਨੂੰ। ਉਹ ਫੁੱਫੜਾ ਤੂੰ ਖੱਲੇ ਨਾ ਖਾਲੀ, ਮੈਥੋਂ ਤੁਰ ਜਾ ਇੱਥੋਂ, ਨਾਲੇ ਚੋਰ ਨਾਲੇ ਚਤਰਾਈਆਂ, ਆ ਭੂਆ ਲਜਾਣੀਆਂ ਲੈ ਜਾ, ਨਹੀਂ ਆਪਣੀ ਡੰਡੀ ਫੜ। ਕੀ ਹੋਇਆ ਪੁੱਤ? ਮੇਰੇ ਪਾਪੇ ਨੂੰ ਗਾਲਾਂ ਕਰਦਾ। ਹੋਰ ਸਰੋਪਾ ਭੇਟ ਕਰਾਂ ਤੇਰੇ ਪਾਪੇ ਨੂੰ, ਬੜੀ ਜੰਗ ਜਿੱਤ ਕੇ ਆਏ ਨਾ ਇਹ। ਉਹ ਭੂਆ ਤੁਰ ਜਾ, ਲੈ ਜਾ ਇਹਨੂੰ ਨਲੀ ਚੋਚੇ ਨੂੰ, ਨਹੀਂ ਤਾਂ ਸਾਰੇ ਟੱਬਰ ਦੀ ਨਾ ਟਿੰਡ ਫੋੜੀ ਛਾਂਗੂ ਇੱਥੇ। ਸ਼ਰਮ ਕਰਿਆ ਕਰ, ਸ਼ਰਮ ਕੋਈ ਵੱਡਾ ਛੋਟਾ ਵੇਖ ਲਿਆ ਕਰ। ਕਰ ਲਓ ਸ਼ਰਮ ਇੱਥੇ, ਹੁਣ ਕਰਾ ਲਓ ਰਿਸ਼ਤਾ, ਨਾ ਮੇਰਾ ਹੋਣਾ ਨਾ ਸਾਵਣ ਦਾ, ਤੁਹਾਡਾ ਕੋਠਾ ਵੀ ਇੱਥੇ ਤੇ ਚਵਾਰਾ ਵੀ ਇੱਥੇ। ਤੂੰ ਬਸ ਕਰ, ਹੁਣ ਤਿੰਨ ਦਿਨ ਹੋ ਗਏ ਨੇ ਰੋਟੀ ਖਾਧੀ ਨੂੰ, ਚੁੱਪ ਕਰਕੇ ਰੋਟੀ ਖਾ। ਮੈਂ ਨਹੀਂ ਖਾਣੀ, ਮੈਂ ਚੂੜੇ ਵਾਲੇ ਹੱਥ ਦੀ ਖਾਊਂਗਾ ਹੁਣ। ਨਾ ਚੋਰੇ, ਹੁਣ ਮੈਂ ਪਾਲਾ ਚੂੜਾ। ਜੋ ਮਰਜ਼ੀ ਕਰ, ਮਾਰਦੀਆਂ ਗੱਲਾਂ ਇਹ। ਦਫਾ ਹੋ, ਨਹੀਂ ਖਾਣੀ ਤੇ ਨਾ ਖਾ। ਚੰਗਾ ਬੀਬੀ ਚੱਲਦੀ ਆ। ਚੰਗਾ ਭੂਆ। ਕੀ ਦੇ ਕੇ ਗਈ ਆ? ਰੁਪਈਆ ਬੀਬੀ। ਮੈਂ ਇਹਦੀ ਨੂੰਹ ਨੂੰ 5 ਦੀ ਸਲਾਮੀ ਦੇ ਕੇ ਆਈ ਸੀ, ਗੱਲਾਂ ਕਰੂਗੀ, ਅਸੀਂ ਆਏ ਸਾਡੇ ਆ। ਅੱਜ ਨਿਕਾ ਫੇਰ ਡਾਕਟਰ ਨੂੰ ਸਕੂਲ ਲੈ ਕੇ ਤੁਰ ਗਿਆ। ਮੁੰਡੇ ਨੇ ਜਿੱਦੀ ਫੜ ਲਈ ਵੀ ਬਲਕਰਨ ਨੂੰ ਡਾਕਟਰ ਬਣਾਉਣਾ ਹੀ ਬਣਾਉਣਾ। ਬਸ ਹੁਣੇ ਆਜੂ ਪੁੱਤ। ਕੋਈ ਨਾ ਬੇਬੇ, ਕੰਮ ਤਾਂ ਕਰਨਾ ਹੀ ਆ। ਪੁੱਤ, ਜੰਮਦੇ ਹੀ ਇਹਦੀ ਮਾਂ ਮਰ ਗਈ, ਸਾਲ ਮਗਰੋਂ ਮੇਰਾ ਪੁੱਤ ਪੂਰਾ ਹੋ ਗਿਆ। ਮੈਂ ਇਹਨੂੰ ਪੁੱਤਾਂ ਵਾਂਗੂ ਪਾਲਿਆ, ਹੁਣ ਇਹ ਤੇਰਾ ਸਹੇਲੀ ਹੈ, ਮੇਰੇ ਪੁੱਤ ਨੂੰ ਖੁਸ਼ ਰੱਖੀ। ਹਾਂਜੀ ਬੇਬੇ, ਪੱਕਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਫੱਟੀ ਲਿਖੀ? ਸਾਡੇ ਘਰੇ ਵਿਆਹ ਸੀ ਜੀ। ਤੂੰ ਬਹਿ ਜਾ ਕਿੱਥੇ? ਉਹ ਵੀ ਮੇਰੇ ਨਾਲ ਹੀ ਗਿਆ ਸੀ ਜੀ, ਮੈਂ ਤਾਂ ਡੀਕਦਾ ਰਿਹਾ, ਉਹਨਾਂ ਦੇ ਮਨ ਚ ਪਤਾ ਨੀ ਕੀ ਆਈ। ਕਿਹੜੇ ਭੈਣ ਤੇ ਮਾਰੀ ਪੈਣਾ ਕਿਸੇ ਥਾਂ ਦਾ, ਚੰਦਰਾ ਜਾਣਾ ਹੋਵੇ ਤਾਂ ਜਿਹੜਾ ਉੱਥੇ ਬਰਾਤ ਲੈ ਕੇ ਢੁੱਕਿਆ। ਉਹਦੀ ਵਿਚਾਰੇ ਦੀ ਕੀ ਗਲਤੀ, ਕੋਈ ਮਜਬੂਰੀ ਵੀ ਤੇ ਹੋ ਸਕਦੀ ਕਿ ਨਹੀਂ? ਸਵਾ ਮਜਬੂਰੀ ਨਾਲੇ ਸਾਹਿਬ, ਹੁਣ ਮੈਂ ਰੋਈ ਰੋਈ ਨੀ ਆ ਜਾਣਾ ਯਾਰ। ਡਾਕਟਰ ਚੱਲ ਖੜਾ ਹੋ, ਉੱਥੇ ਜਾ ਕੇ ਮੁਰਗਾ ਬਣ। ਮੈਂ ਜੀ? ਹਾਂ ਚਲੋ ਉੱਠੋ। ਨਾ ਆਈ, ਇੱਕ ਤਾਂ ਤੇਰੇ ਭਰਾ ਨੂੰ ਫੇਲ ਕਰੋ, ਉੱਥੋਂ ਨਾ ਮੁੱਖ ਅਧਿਆਪਕ ਜੀ ਰੋਜ਼ ਪੁੱਛਦੇ ਮੈਨੂੰ ਚਾਹ ਪੀਣ ਲਈ, ਮੈਂ ਕਿੰਨੇ ਦਿਨ ਪੀ ਲੈਣੀ ਹੈ। ਮੁੱਖ ਅਧਿਆਪਕ ਜੀ, ਤੁਸੀਂ ਆ ਚਾਹ ਬਣਾ ਹੀ ਲਓ। ਓ ਪੀੜੀ, ਚੱਕ ਪਤੀਲਾ ਪਾ ਦੋ ਦੁੱਧ ਚ ਪੱਤੀ। ਮੈਂ ਆ ਜਾ ਕਰੂੰਗਾ। ਛੱਡ, ਤੂੰ ਇਹ ਦੱਸ ਮਰੂੰਡੇ ਕਿੰਨੇ ਲੱਗਣਗੇ ਚੁੱਪ ਰਹਿਣ ਦੇ? ਕੋਈ ਪੁੱਛਦਾ ਮੈਨੂੰ? ਮੈਂ ਇਹਨਾਂ ਨੂੰ ਜ਼ਮੀਨ ਜਾਇਦਾਦ ਤਾਂ ਘਰ ਬਾਰ ਬਣਾ ਬਣਾ ਦਿੱਤੇ, ਹੁਣ ਮੇਰੇ ਪਿਓ ਬਣਦੇ ਆ। ਆ ਜਵਾਕ ਜਾਦਾ ਹੋਰਾਂ ਨਹੀਂ ਸੁਣਦਾ ਮੇਰੀ, ਪੂਰੀ ਦੁਨੀਆ ਕਰਦੀ ਔਲਾਦ ਵਾਸਤੇ, ਤੂੰ ਕੋਈ ਲਾਦਾ ਨਹੀਂ ਕੀਤਾ, ਨਾ ਤੂੰ ਇਕੱਲੇ ਨੇ ਬਣਾ ਕੇ ਦਿੱਤਾ, ਨਾ ਮੈਂ ਨਹੀਂ ਚੰਮ ਸਾੜਿਆ। ਕੀ ਕੀਤਾ ਤੂੰ? ਬਾਲਾ ਨਹੀਂ ਤਾਂ 4 ਟਰੇਲੀਆਂ ਕਣਕ ਦੀਆਂ ਪਕਾਤੀਆਂ ਮੈਂ, ਹਾਲੇ ਕਹਿੰਦਾ ਕੁਛ ਨਹੀਂ ਕੀਤਾ। ਮੇਰੇ ਸਾਲਿਆਂ ਨੇ ਜਿਹੜੀ ਜਮਾ ਸਿਰੇ ਦੀ ਸੀ ਨਾ, ਐਨ ਛਾੜ ਕੇ ਮੇਰੇ ਮੱਥੇ ਮਾਰੀ। ਚੁੱਪ ਕਰ ਜਾ, ਘਰੇ ਬਹੂ ਆਈ ਹੈ। ਮੈਂ ਲਿਆਂਦੀ ਆ? ਬਹਿ ਜਾ ਟਿੱਕੇ।
की हो गया नो? होना की सी, पहला तो 5 दिन गोड्डे च सिर दे के बैठा रहा, जो तो पिंड च वड़ते तो जलेब भालदा। हां सच पुत, सौन दे महीने नू सस कठिया नहीं रहिंदियां, ताही इहनू कल लैण आउणगे। संधारा लैके आऊ इहदा भरा। कोई ना बेबे भेज दो। रिपोर्ट, तू इन्ने सबर वाला साडे घरे कित्थों जां पिया? मुंडे तो फाहा लैण तक जांदे ने, वी भेजणी नहीं। कोई नहीं बेबे, जा हुण दो, फिर सारी उम्र इत्थे रहना इहने। ला हुण तो बेचारे नू 4 दिन, नाले अपना घर छड्ड के किसे दे घर रहना औखा वी हुंदा ना। दस दे अड़िए, अज तां दस दे, अज तां तियां दा आखरी दिन आ। की दसां, लै तू तां ऐ संग दी जिवें सानूं कुछ पता ही नहीं हुंदा। मेरी आरे तां भज्जी आई सी। लै मैं की दसां, पता तां है थोनू। नहीं सवार के दस। एहो जी कोई गल नहीं साडी, हले तां असीं गल्लां करदे आ, जान रहे इक दूजे नूं। लै झूठी, मुंडे तां हलके फिरदे हुंदे आ, साडे ते किते दिन नहीं आए, एवें खेखण करदी आ। ਮੈਨੂੰ ਤਾਂ ਲੱਗਦਾ ਇਹਦੀ ਪਹਿਲੀ ਕੋਈ ਗੱਲਬਾਤ ਹੋਣੀ ਹੈ। ਹੋਰ ਕੀ, ਦਾਜ ਦੂਜਾ ਤਾਂ ਬਹਾਨਾ ਹੀ ਬਣਾਇਆ ਹੋਣਾ। ਹੋਰ ਪਤਾ ਨਹੀਂ ਚੰਦਰੀ ਨੇ ਕੀ ਮੋਤੀ ਪੁੰਨ ਕੀਤੇ ਹੋਣੇ ਪਿਛਲੇ ਜਨਮ 'ਚ। ਮੇਰੀ ਤਾਂ ਆਪ ਅੱਖ ਸੀ। ਖਬਰਦਾਰ ਭੈਣ, ਹੁਣ ਨਾ ਦੇਖੀ, ਰੱਬ ਨੇ ਮੈਨੂੰ ਦਿੱਤਾ ਹੋਣਾ ਮੇਰਾ। कर दे की? मेरा मतलब रोटी तो मिठी कर दे। पहला तू खा।
ਬੇਸਮਿਆ ਜਾ ਕੇ ਬਹੂ ਨੂੰ ਲਾਇਆ ਕਿਵੇਂ ਹਲਕਿਆ ਫਿਰਦਾ ਮੈਂ ਤਾਂ ਕਹਿੰਦਾ ਦੁਸ਼ਮਣ ਤੋਂ ਨੀ ਪਾਈ ਇਹ ਮੇਰੇ ਮੂੰਹ ਚ ਮੁਰਕੀਆਂ ਪਾਉਂਦਾ ਫਿਰਦਾ ਚੰਗਾ ਪੁੱਤ ਖੁਸ਼ ਰਿਹਾ ਮੇਰੀ ਧੀ ਲੈ ਰੋਂਦੀ ਕਿਉਂ ਹੈ ਧੀਏ ਉਹ ਕਿਤੇ ਉਪਰਾ ਘਰ ਹੈ ਰੱਬ ਤੇਰੇ ਵਰਗੇ ਲੇਖ ਤਾਂ ਕਿਸੇ ਵਿਰਲੇ ਦੇ ਹੀ ਲਿਖਦਾ ਹੈ ਨਾਲੇ ਨਾ ਨਿਵੇ ਤਾਂ ਤਲਾਕ ਲੈ ਲਓ ਇਹਦੇ ਚ ਕਿਹੜੀ ਗੱਲ ਹੈ ਤੇਰੀ ਮਾਂ ਦਾ ਸਿਰ ਸਿੰਦਰ ਜਾਣਾ ਹੋਵੇ ਤਾਂ ਬੋਤੇ ਜਿੱਡਾ ਹੋ ਗਿਆ ਗੱਲ ਕਰਨ ਦਾ ਚੱਜ ਨਹੀਂ ਉੱਤੋਂ ਭਾਲਦਾ ਡੋਲੇ ਜਾ ਮੇਰੀ ਧੀ ਚੰਗਾ ਪੁੱਤ ਚੰਗਾ ਵੀ ਧਿਆਨ ਨਾਲ ਜਾਇਓ ਤਕੜੀ ਆ ਵੀ ਕੁੜੀ ਜਿਹੜੀ ਇਹਦੇ ਨਾਲ ਕੱਟੀ ਜਾਂਦੀ ਹੈ ਮੈਨੂੰ ਲੱਗਦਾ ਸੀ ਪੰਚਾਇਤ ਲੈ ਕੇ ਮੁੜੂ ਆਣਾ ਮੈਂ ਰੋਟੀ ਬਣਾ ਕੇ ਲਿਆਈ ਆ ਪਹਿਲੀ ਵਾਰ ਬਣਾਈ ਆ ਮੇਰਾ ਜੀ ਆ ਵੀ ਤੂੰ ਖਾਵੇ ਇਹੋ ਜਿਹਾ ਖਾ ਲਿਆ ਕਰੇਗਾ ਨਾ ਸਰਦਾਰਾ ਕਿਉਂ ਅੱਜ ਤੱਕ ਬਣੀ ਹੈ ਤੇਰੇ ਕੋਲੋਂ ਇਹੋ ਜਿਹੀ ਗੋਲ ਰੋਟੀ ਆਹ ਬਸ ਸੁਰਮਾ ਪਾਉਣ ਦਾ ਹੀ ਚੱਜ ਹੈ ਮਜਾਲ ਆ ਇੱਧਰ ਉੱਧਰ ਹੋ ਜੇ ਆਪਦੇ ਜਾਣੇ ਤੂੰ ਇਹ ਦੇਖਣ ਆਈ ਹੈ ਬਈ ਬੁੜੀ ਆਪਦੇ ਪੇਕਿਆਂ ਤੋਂ ਕਿਹੋ ਜਿਹੀ ਲੈ ਕੇ ਆਈ ਹੈ ਨਾ ਹੁਣ ਰੋਟੀ ਖਾਵਾਂ ਕਿ ਜਾਵਾਂ ਬੀਬੀ ਕਿਉਂ ਮਖੌਲ ਕਰਦੀ ਹੁੰਦੀ ਹੈ ਕਿਉਂ ਛੇੜਦੀ ਹੈ ਖਾਲਣ ਦੇ ਵਿਚਾਰੀ ਨੂੰ ਲੈ ਖਾ ਬੁਕੀ ਮਲ ਫੇੜਾ ਮਾਰਨਾ ਲੱਗਦਾ ਬੁਕੀ ਦਾ ਖਬਰਦਾਰ ਜੇ ਮੇਰੇ ਘਰੇ ਲੁੱਚ ਭਾਉ ਕੀਤਾ ਆਪਦੇ ਘਰੇ ਜਾ ਕੇ ਕਰਿਓ ਲੱਛਣ ਇਹਦੇ ਹੱਥ ਟੁੱਟੇ ਆ ਖਾ ਨਹੀਂ ਸਕਦੀ ਇਹ ਤਾਂ ਹੀ ਮੈਂ ਇੱਥੇ ਵੜਦੀ ਆਹ ਕੁਛ ਕਰਦੀ ਆ ਆ ਕੀ ਸਹੇਲੀਏ ਕੁੜੇ ਹੁਣ ਤਾਂ ਤੂੰ ਇੱਕ ਮਹੀਨਾ ਲਾ ਕੇ ਆਈ ਹੈ ਜਦੋਂ ਮੇਰੀ ਡੋਲੀ ਤੁਰੀ ਸੀ ਨਾ ਮੈਂ ਇੱਕ ਹਿੰਜ ਨਹੀਂ ਸੀ ਸੁੱਟੀ ਉਹ ਗੱਲ ਹੋਰ ਹੈ ਜਦੋਂ ਆ ਦੁਸ਼ਮਣ ਨੇ ਮੇਰਾ ਘੁੰਡ ਚੱਕਿਆ ਇਹਦੀ ਵਜ੍ਹਾ ਕਥਾ ਦੇਖ ਕੇ ਮੇਰੀਆਂ ਤਾਂ ਤਾਹਾਂ ਨਿਕਲ ਗਈਆਂ ਮੈਂ ਮਸਾ ਜੀ ਮਾਰ ਕੇ ਆ ਬਿੰਗ ਤੜਿੰਗੇ ਦੋ ਕੀਤੇ ਉਹ ਤਾਂ ਨਹੀਂ ਯਾਦ ਆਉਂਦੀ ਸੀ ਬੇਬੇ ਪਰ ਤੁਹਾਡੀ ਲੜਾਈ ਦੇਖ ਕੇ ਮੈਨੂੰ ਮੇਰੇ ਘਰ ਦੀ ਯਾਦ ਆ ਗਈ ਮੇਰੀ ਬੇਬੇ ਵੀ ਨਾ ਮੇਰੀ ਚਾਚੀ ਨੂੰ ਐਂ ਵੱਢ ਖਾਣ ਨੂੰ ਪੈਂਦੀ ਹੁੰਦੀ ਆ ਇੱਕ ਗੱਲ ਕਮਾ ਬੇਬੇ ਹਾਂ ਤੂੰ ਚਾਚੀ ਨਾਲ ਲੜਿਆ ਨਾ ਕਰ ਵਿਚਾਰੀ ਵਿਆਹ ਕੇ ਬਗਾਨੇ ਘਰ ਆਈ ਆ ਮੈਂ ਕਿਹੜੇ ਨੇ ਗੋਦ ਲਈ ਸੀ ਮੈਂ ਵੀ ਤਾਂ ਵਿਆਹ ਕੇ ਹੀ ਆਈ ਸੀ ਦੇਖ ਹਾਸੀ ਤੂੰ ਕਿੰਨੀ ਸੋਹਣੀ ਲੱਗਦੀ ਹੈ ਧੀਏ ਹੈਨਾ ਰੋਟੀ ਦਾ ਪਾ ਦੋ ਨੀ ਪੁੱਤ ਹਾਂਜੀ ਤੂੰ ਦੇ ਆ ਰੋਟੀ ਮੈਂ ਨਹੀਂ ਖੱਜਰੀ ਦੇ ਮੱਥੇ ਲੱਗਣਾ ਠੀਕ ਜਾ ਮੇਰੀ ਧੀ ਮੈਨੂੰ ਪਤਾ ਭਾਬੀ ਕਹਿੰਦੀ ਸੀ ਤੁਹਾਡੀ ਚਾਚੀ ਨਾਲ ਨਹੀਂ ਬਣਦੀ ਤਾਂ ਹੀ ਉਹਨੇ ਨਹੀਂ ਦੱਸਿਆ ਹੋਣਾ ਨਾਲੇ ਭਾਬੀ ਕਹਿੰਦੀ ਸੀ ਇੱਕ ਮਿੰਟ ਭਾਬੀ ਤੋਂ ਯਾਦ ਆਇਆ ਹਾਂ ਮੈਂ ਭਾਬੀ ਦੇਵਰ ਦੀ ਖੇਡ ਚ ਜਿੱਤਿਆ ਸੀ ਆਪਾਂ ਜੰਗਲ ਜੰਗਲ ਖੇਡੀਏ ਇੱਕ ਆ ਪੁੱਤਾਂ ਤੂੰ ਲੈ ਲੈ ਆ ਕਸੂ ਕੁਮਾ ਮੇਰਾ ਕੱਛੂ ਕੁਮਾ ਮੇਰਾ ਤੇ ਆਪਾਂ ਦੋਨੇ ਆਪਾਂ ਦੋਨੇ ਥੋੜਾ ਇਹ ਤੇ ਬੱਚੇ ਆ ਆਪਣੇ ਆਪਣੇ ਥੋੜਾ ਤੋਤੇ ਦੇ ਆ ਚੱਲ ਆਪਾਂ ਲੜੀਏ ਮੇਰਾ ਕੱਛੂ ਕੁਮਾ ਆਊਗਾ ਤੂੰ ਕਿੰਨਾ ਚੰਗਾ ਹੈ ਨਾ ਨਿੱਕੇ ਮੇਰਾ ਜੀ ਲਾਉਣ ਲਈ ਕੀ ਕਰਦਾ ਭਾਬੀ ਨੇ ਤਾਂ ਮੈਨੂੰ ਡਰਾ ਹੀ ਦਿੱਤਾ ਸੀ ਪਰ ਸੱਚੀ ਮੇਰਾ ਜੀ ਲੱਗਣ ਲੱਗ ਗਿਆ
ਵੀ ਪੰਜ ਸਮਾਰ ਕੇ ਲਾ ਦੀਆਂ ਪੈਂਚਰ ਕੋਈ ਨਹੀਂ ਲਾ ਦੂੰਗਾ ਮੈਂ ਤਾਂ ਮੈਂ ਕਹਿੰਦਾ ਰਾਹ ਚ ਨਾ ਔਖਾ ਕਰੇ ਉਹ ਪਤੰਦਰਾ ਮੈਂ ਕੋਈ ਪਹਿਲੀ ਵਾਰੀ ਲਾਉਣ ਲੱਗਿਆ ਸਾਰੀ ਉਮਰ ਹੋ ਗਈ ਇੱਥੇ ਆਪਾਂ ਕਿਵੇਂ ਚਲਾਉਂਦੇ ਨੂੰ ਵੀਰੇ ਮੇਰੀ ਵੀ ਪਿਆਰ ਵਾਲੀ ਚਿੱਠੀ ਲਿਖ ਦੇ ਮੈਂ ਚਰਨ ਨੂੰ ਦੇਣੀ ਆ ਜੂਤ ਬਹੁਤ ਫਿਰੂ ਸਮਝ ਆ ਗਈ ਨਲੀ ਪੁੰਜ ਨਹੀਂ ਆਉਂਦੀ ਆਇਆ ਵੱਡਾ ਮਿਰਜਾ ਇਹ ਤੇ ਨਾਲੇ ਜੇ ਇਸ ਵਾਰੀ ਨੰਬਰ ਠੀਕ ਨਾ ਨਾ ਵੇਖੀ ਮੈਂ ਤੇਰੀ ਟਿਮਰੀ ਕੱਸਦਾ ਲੈ ਜੀ ਵਾਲੀ ਚਾਹ ਪੈ ਜੀ ਨਹੀਂ ਮੁੱਕਦੇ ਆਪਾਂ ਜੀ ਤੁਸੀਂ ਪੀਓ ਮੈਂ ਜਮਾਤ ਲਾਉਣੀ ਰੋਟੀ ਮਰਜੀ ਉਹ ਪੀਟੀ ਆਪਣਾ ਬਣਾ ਲਾ ਧਰ ਪਤੀਲੀ ਚਾਹ ਦੀ ਸੁਲਾ ਦਾ ਮੁੱਲੀ ਤੇ ਓਏ ਭਰਾ ਕਿੱਥੇ ਤੇਰਾ ਉਹ ਤਾਂ ਬਾਹਰੋਂ ਚਲੇ ਗਿਆ ਅੱਛਾ ਮੇਰਾ ਸਮਾਨ ਹੈਗਾ ਡਾਕਟਰ ਸਮਾਨ ਕਿੱਥੇ ਹੈ ਹੈ ਨਹੀਂ ਸਮਾਨ ਸਮੂਨ ਤੇਰਾ ਉਹਦਾ ਤਾਂ ਵਿਆਹ ਹੋ ਗਿਆ ਉਹ ਤੈਨੂੰ ਬੁੱਧੂ ਬਣਾਉਂਦਾ ਉਹਦਾ ਗਿਆ ਭਾਬੀ ਨੇ ਚੂੜੀਆਂ ਚੜਾਉਣ ਬਾਹਰਲੇ ਬਾਬੇ ਦੀ ਸੌ ਕੁਝ ਵੀ ਨਹੀਂ ਸਾਡੇ ਚ ਯਾਰ ਇੱਥੇ ਸੋਨੇ ਵੀ ਅੱਡੋ ਅੱਡਾ ਸਾਵਣ ਵੱਜੂਗੀ ਯਾਰ ਵੱਜੂਗੀ ਯਾਰ ਤੈਨੂੰ ਬਾਹਲੀ ਸੋਹਣੀ ਲੱਗਦੀ ਸੀ ਨਾ ਹੁਣ ਪਤਾ ਲੱਗਾ ਮੈਨੂੰ ਸੱਚੀ ਸੱਚੀ ਝੂਠ ਨੀ ਬੋਲਦਾ ਉਹ ਪਲੰਘ ਤੇ ਸੌਂਦੀ ਮੈਂ ਮੰਜੇ ਤੇ ਸੌਂਦਾ ਯਾਰ ਸਾਰੀ ਰਾਤ ਤੇ ਯਾਰ ਮੈਂ ਚਿੱਠੀਆਂ ਪੜ ਪੜ ਲੰਘਾਉਂਦਾ ਤੇਰੀਆਂ ਯਾਰ ਮੇਰੀ ਤਾਂ ਕਿਸੇ ਨੇ ਸੁਣੀ ਹੋਈ ਨਹੀਂ ਮੈਨੂੰ ਤਾਂ ਮਜਬੂਰੀ 'ਚ ਟੰਗ ਤਾ ਉਹਨਾਂ ਨੇ ਤਾਂ ਫਿਕਰ ਨਾ ਕਰ ਆਪਾਂ ਗੁਪਤ ਵਿਆਹ ਕਰਾ ਲਾਂਗੇ ਗੁਪਤ ਰੋਗ ਹੁੰਦੇ ਗੁਪਤ ਵਿਆਹ ਨਹੀਂ ਹੁੰਦੇ ਤੇਰੇ ਤੇ ਵਿਸ਼ਵਾਸ ਤਾਂ ਪੁੱਗ ਕੇ ਆ ਪਰ ਆਹ ਗੱਲ ਮੈਂ ਉਹਦੇ ਮੂੰਹੋਂ ਸੁਣਨੀ ਆ ਜੇ ਤੂੰ ਮੈਨੂੰ ਧੋਖਾ ਦਿੱਤਾ ਹੋਇਆ ਨਾ ਸਰਦਾਰਾ ਮੇਰਾ ਮਰੀ ਦਾ ਮੂੰਹ ਦੇਖੇਗਾ ਪਹਿਲਾਂ ਨਹੀਂ ਦੱਸ ਸਕਦਾ ਸੀ ਬਿੱਜੂ ਜਿਹਾ ਕੀ ਯਾਰ ਵੀਰੇ ਬਾਤ ਰਜਾ ਤੈਨੂੰ ਸਾਰੀ ਦੁਕਾਨ ਦੇ ਮੈਂ ਮਰੂੰਡੇ ਖਵਾਤੇ ਤੈਨੂੰ ਜਮਾ ਰਾਜ਼ ਨਹੀਂ ਆਇਆ ਓ ਚੜਦੇ ਵੀਰੇ ਹੈ ਓ ਵੀਰੇ ਓ ਚੜਦੇ ਵੀਰੇ ਚਲ ਹੋ ਗੜਾ ਬਾਤ ਰਜਾ ਨਾ ਹੋਵੇ ਚਲ ਉੱਠ ਪਹਿਲਾਂ ਤੂੰ ਪੀ ਬਸ ਅੱਜ ਇੱਕ ਘੁੱਟ ਤੂੰ ਇੱਕ ਘੁੱਟ ਮੈਂ ਰੂਮ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਇੱਕ ਗੱਲ ਕਿਉਂ ਤੂੰ 100 ਗੱਲਾਂ ਕਰ ਤੇਰੀ ਉਹ ਜਿਹੜੀ ਪਹਿਲਾਂ ਵਾਲੀ ਨਨਾਣ ਸੀ ਨਾ ਜਿਹੜੀ ਤੈਨੂੰ ਵੇਖਣ ਆਈ ਸੀ ਹਾਂ ਉਹ ਚੰਟ ਜੀ ਹਾਂ ਉਹਦੀ ਤੇ ਮੇਰੀ ਗੱਲਬਾਤ ਆ ਹੁਣ ਦੀ ਨੀ ਵਿਆਹ ਤੋਂ ਪਹਿਲਾਂ ਦੀ ਆ ਮੈਂ ਤਾਂ ਵਿਆਹ ਵੀ ਇਸੇ ਕਰਕੇ ਗਿਆ ਸੀ ਵੀ ਉਹਦੇ ਘਰਦਿਆਂ ਦੇ ਨਜ਼ਰਾਂ 'ਚ ਆਵਾਂ ਪਰ ਪੰਗਾ ਪੈ ਗਿਆ ਮੈਂ ਤੇਰੀ ਬੇਬੇ ਦੀ ਨਜ਼ਰ 'ਚ ਆ ਗਿਆ ਮੇਰੀ ਕਿਸੇ ਨੇ ਸੁਣੀ ਨਹੀਂ ਉੱਥੇ ਮੈਨੂੰ ਡਰ ਸੀ ਪਰ ਹੁਣ ਸਾਵਨ ਨੂੰ ਮੇਰੇ ਵਿਆਹ ਬਾਰੇ ਪਤਾ ਲੱਗ ਗਿਆ ਮੈਨੂੰ ਦੱਸਿਆ ਵੀ ਸਾਡੇ 'ਚ ਕੁਛ ਨਹੀਂ ਵੀ ਅਸੀਂ ਦੋਨੇ ਮਜਬੂਰੀ 'ਚ ਫਸ ਗਏ ਨਾਲੇ ਤੂੰ ਤਾਂ ਮੈਨੂੰ ਸ਼ੁਰੂ ਤੋਂ ਪਸੰਦ ਨਹੀਂ ਕਰਦੇ ਆਪਣੀ ਤਾਂ ਸਾਰੀ ਉਮਰ ਲੜਦਿਆਂ ਦੀ ਲੰਘੀ ਆ ਸਾਵਨ ਨੇ ਮੈਨੂੰ ਕਿਹਾ ਵੀ ਮੈਂ ਇਹ ਗੱਲ ਤੇਰੇ ਮੂੰਹ ਸੁਣੀ ਆ ਵੀ ਸਾਡੇ 'ਚ ਕੋਈ ਸੰਬੰਧ ਨਹੀਂ
कोई ना मैं कह दूंगी तू मेरी इज्जत लिए इन्ना कुछ किया मैं तेरे लिए इन्ना कर ही सकती हूं नहीं मैं तो भुली गई सी मैं झूठा नहीं पींदी मैं अपने लिए कहो लाउनी हां कुछ नहीं मैनू जिदी मर्जी सौ लगे साढ़े च कुछ नहीं ना तेरे घर दे दाज मंगते ना जापा इत्थे आ खड़ते मैनू पता तेरे भरा नाल गल ओनू छड ओदा तां वधिया घर विआह हो गया बहुत चंगी है मेरी भाभी ओह कौन है भाई भाभी अदरी केड़ी जामनी के गुलाबी ਉਹੀ ਫੈਸਲਾ ਹੋ ਰਿਹਾ ਦੋਨੇ ਹੀ ਸੋਹਣੀਆਂ ਨੇ ਐਂ ਕਰ ਜਿਹੜੀ ਤੂੰ ਰੱਖਣੀ ਆ ਰੱਖ ਲਾ ਦੂਜੀ ਮੈਨੂੰ ਦਵਾ ਦੇ ਕੀ ਹੋਇਆ ਛੱਡ ਵੇ ਸਾਡੇ ਮੁੰਡੇ ਨੂੰ ਉਹ ਮੈਂ ਇਹਨੂੰ ਕੀ ਛੱਡਣਾ ਉੱਤੇ ਤਾਂ ਮੇਰੇ ਇਹ ਬੈਠਾ ਸਗੋਂ ਤੂੰ ਛਡਾ ਮੈਨੂੰ ਹੋ ਗਈ ਗੱਲ उतर जा भाई खेत मेरा है कौन है ओ जी ना ता मेरा वरिंदर है ऊ पिंड वाले मेनू बड़ा सूबेदार छड्डे नु होगी गल आ गया जी कहीं तन्नू कल मिलते हैं फिर असीं घरे दस के नहीं आए चलिए फैसला मंजूर है भाई मैनू तो हा कमली जी भी चल जू चल पतंदरा तरीका तो दस जाता आप तो दो दो ले फिर सानू एक नहीं जुड़ती आएगा मिलन आजूगा ठीक रही है दसो वाह भेने तेरी वोटी ठीक रही है ठीक रही है भाई चल कोई नहीं भाई वड्डा महाराज करूंगा ढिली भाभी लफड़ वंड मैं छेती वंड दूंगा मनी दी गल तू वह
ਵਧੀਆ ਪਤੀ ਨਹੀਂ ਵੰਡਦਾ ਮੈਂ ਵੰਡੂੰਗੀ ਉਹ ਮੈਨੂੰ ਪੜਾ ਦੇ ਮੰਨੀ ਦੀ ਹੁੰਦੀ ਗੱਲ ਵਧੀਆ ਪਤੀ ਨਹੀਂ ਵੰਡਦਾ ਮੈਂ ਵੰਡੂੰਗੀ ਖੇਡ ਲਾਂਗੇ ਫਿਰ ਛੇਤੀ ਸੌ ਜਾਾਂਗੇ ਤਾਂ 2 ਮਿੰਟ ਚ ਵੰਡ ਦੇਣਾ ਪੜਾ ਉਰੇ ਨਹੀਂ ਮੈਂ ਵੰਡੂੰਗੀ ਸ਼ੁਕਰ ਹੈ ਵੱਡੇ ਮਹਾਰਾਜ ਦਾ ਮੁੰਡਾ ਅੱਜ ਨਹੀਂ ਸੁੱਤਾ ਪਿਆ ਲੈ ਬੇਬੇ ਕੁੜੇ ਤੇਰੀਆਂ ਚੂੜੀਆਂ ਪੂਰੀਆਂ ਨੇ ਹਾਂਜੀ ਬੇਬੇ ਇੱਕ ਵੀ ਨਹੀਂ ਟੁੱਟੀ ਨਹੀਂ ਬੇ ਨਿੱਕੇ ਪੁੱਤ ਤੂੰ ਦਿਨੇ ਹੀ ਸੁੱਤਾ ਪਿਆ ਹੈ ਰਾਤ ਨੀਂਦ ਨਹੀਂ ਆਈ ਤੈਨੂੰ ਕਿੱਥੇ ਬੇਬੇ ਰਾਤੀ ਮੈਨੂੰ ਸੱਤ ਹੀ ਭਾਬੀ ਬਣਾਇਆ ਇਹਨੇ ਬਥੇਰੇ ਪੱਤੇ ਸਿੱਟੇ ਪੁੱਤ ਤੇਰੇ ਦੇ ਮੋੜ ਤੇ ਹੀ ਮੋੜ ਫੋਟ ਮੁੰਡਾ ਤਾਂ ਮੇਰਾ ਜਵੇਂ ਸਿੱਧਾ ਇਹਨੂੰ ਦੁਨੀਆਦਾਰੀ ਦਾ ਪਤਾ ਹੀ ਨਹੀਂ ਵੱਡਾ ਮਹਾਰਾਜ ਵਿਚਾਰਾ ਕੀ ਕਰ ਲੂ ਬੇਬੇ ਹਾਂ ਮੱਥਾ ਟੇਕਦਾ ਬੇਬੇ ਆ ਲੈ ਮੂੰਹ ਮਿੱਠਾ ਕਰ ਇਹ ਕਾ ਦੇਵੇ ਬੇਬੇ ਤੇਰੀ ਨੂੰਹ ਦੇ ਰਾਤੀ ਚੌਥਾ ਮੁੰਡਾ ਹੋਇਆ ਹੈਂ ਸੁੱਖ ਨਾਲ 2 ਜੋੜੀਆਂ ਬਣ ਗਈਆਂ ਵਧਾਈਆਂ ਵੇ ਤੇ ਮੈਂਗਲਾ ਹਾਂ ਸਾਡਾ ਜਵਾਕ ਤਾਂ ਬਾਹਲਾ ਹੀ ਨਿਆਣਾ ਇਹਨੂੰ ਦੁਨੀਆਦਾਰੀ ਸਿਖਾ ਬੇਬੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੁਸੀਂ ਪਾਣੀ ਚ ਮਧਾਣੀ ਤਾਂ ਪਾਈ ਜਾਂਦੇ ਹੋ ਨਿਕਲਣਾ ਵਿੱਚੋਂ ਕੁਛ ਵੀ ਨਹੀਂ ਭੌਂਕ ਜਿਹੜਾ ਤੈਨੂੰ ਕੰਮ ਕਹੇ ਨਾ ਉਹ ਕਰ ਠੀਕ ਹੈ ਮੈਂ ਕੋਸ਼ਿਸ਼ ਤਾਂ ਕਰਦਾ ਬੀਬੀ ਚਲੋ ਮੰਗਲਾ ਬਾਈ ਤੂੰ ਫਿਕਰ ਨਾ ਕਰ ਬਾਈ ਜੋ ਕੁਜਰਤ ਨੇ ਬਣਾਇਆ ਉਹਦੇ ਨਾਲ ਪੌਡੀਆਂ ਫਾਡੀਆਂ ਨਿਕਲਣੀਆਂ ਚਾਹੀਦੀਆਂ ਹੁਣ ਤੂੰ ਦੇਖ ਚੰਦ ਰਾਤ ਨੂੰ ਚੜਿਆ ਸੌਂਦਾ ਨਾ ਹੁਣ ਕੀ ਫਾਇਦਾ ਬੰਦਾ ਬੰਦੇ ਚ ਟੱਕਰਾਂ ਮਾਰਦਾ ਫਿਰੇ ਇਹ ਤਾਂ ਫਿਰ ਕੁਜਰਤ ਨਾਲ ਟਿੱਚਰ ਹੋਈ ਨਾ ਬਾਕੀ ਤੂੰ ਚਿੰਤਾ ਨਾ ਕਰ ਲੁਧਿਆਣੇ ਬੱਸ ਅੱਡੇ ਸਾਹਮਣੇ ਜੋਗੀ ਦਵਾਖਾਨਾ ਆ ਮੈਂ ਤੈਨੂੰ ਲੈ ਕੇ ਚੱਲੂ ਉਹਦੇ ਕੋਲ ਤੂੰ ਜਮਾਂ ਠੀਕ ਹੋ ਜਾਣਾ ਫਿਕਰ ਨਾ ਕਰ ਖੁੱਲ ਕੇ ਦੱਸ ਕੀ ਗੱਲ ਬਾਈ ਤੇਰਾ ਜਿੱਦਾਂ ਸਰਦਾ ਸਾਰ ਦੱਸ ਕੀ ਗੱਲ ਮੈਂ ਆਪੇ ਕਿਉਂ ਦੂਜੀ ਵਾਰੀ ਫਸ ਗਿਆ ਇਹਨਾਂ ਦੇ ਉਹ ਮੰਗਲਾ ਜਾਨ ਬਚਾਓ ਆਪਣੀ ਤੈਨੂੰ ਨਾ ਕਿਤੇ ਜੋਗੀ ਦੇ ਜਾਣਾ ਪੈ ਜਾਏ ਬੁੜੀ ਜਵਾਕ ਭਾਲਦੀ ਹੈ ਇਹਦੇ ਤੋਂ ਇਹ ਬੰਦੇ ਭਾਲਦਾ ਫਿਰਦਾ ਉਹ ਭਾਜੋ ਹੈ ਮੰਗਲਾ ਭਾਜਾ ਸੁਰਖੀ ਹੈਗੀ ਪੁੱਤ ਹਾਂ ਹੈਗੀ ਬੇਬੇ ਸੁਰਖੀ ਲਾ ਲੈ ਨਾਲ ਪਾਊਡਰ ਵੀ ਲਾ ਲਈ ਚੰਗਾ ਸਹੇਲੀਏ ਬਾਹਰ 100 ਵਾਰੀ ਸੰਗੀਏ ਧੀ ਪੁੱਤ ਚੰਗਾ ਲੱਗਦਾ ਜਿਵੇਂ ਰਾਤ ਨੂੰ ਸੌਣ ਵੇਲੇ ਬਿੱਲੀ ਦੇ ਡਰ ਤੋਂ ਦੁੱਧ ਦਾ ਡੋਲੂ ਟੰਗਦੀ ਹੈ ਨਾ ਕਿੱਲੀ ਤੇ ਸੰਗ ਵੀ ਨਾਲ ਹੀ ਲਾ ਕੇ ਟੰਗਦੀ ਭਲਾ ਆਪਦੇ ਬੰਦੇ ਤੋਂ ਕਾਹਦੀ ਸੰਗ ਨਾਲੇ ਪੁੱਤ ਜ਼ਰੂਰੀ ਨਹੀਂ ਬੰਦਿਆਂ ਦੇ ਮਗਰ ਲੱਗੋ ਕਦੇ ਆਪਦੇ ਜੀ ਦੀ ਵੀ ਕਰਨੀ ਚਾਹੀਦੀ ਹੈ ਕੁੜੇ ਮੈਂ ਜਿਹੜੀ ਗੱਲ ਤੈਨੂੰ ਕਹਿੰਦੀ ਹਾਂ ਉਹ ਸਮਝਦੀ ਹੈ ਕਿ ਨਹੀਂ ਹਾਂ ਬੇਬੇ ਠੀਕ ਹੈ ਫਿਰ ਕੱਲ ਤੜਕੇ ਮੈਨੂੰ ਤੇਰੀਆਂ ਚੂੜੀਆਂ ਟੁੱਟੀਆਂ ਚਾਹੀਦੀਆਂ ਬਸ ਨਹੀਂ ਤਾਂ ਫਿਰ ਮੈਂ ਨਹੀਂ ਤੇਰੇ ਨਾਲ ਬੋਲਣਾ ਸਮਝ ਗਈ ਕੀ ਹੋ ਗਿਆ ਮੇਰੇ ਪੁੱਤ ਨੂੰ ਬੀਬੀ ਨੇ ਮਾਰਿਆ ਕੋਈ ਨੀ ਮੈਂ ਕੁੱਟੂਗੀ ਉਹ ਸੜੀ ਜੀ ਨੂੰ ਤੂੰ ਨਾ ਚੁੱਪ ਕਰ ਜਾ ਮੇਰੇ ਪੁੱਤ ਨੂੰ ਉਹਨੇ ਮਾਰਿਆ ਤੂੰ ਅੱਜ ਮੇਰੇ ਨਾਲ ਸੌਂਗਾ ਨਾ ਨਹੀਂ ਮੈਂ ਭਾਬੀ ਨੇ ਸੌਂਗਾ ਨਾ ਪੁੱਤ ਮੈਂ ਤੈਨੂੰ ਰਾਤ ਨੂੰ ਬਾਤਾਂ ਸੁਣਾਉਂਗੀ ਮੈਂ ਭਾਬੀ ਨਾਲ ਹੀ ਸੌਂਗਾ ਮੈਂ ਭਾਬੀ ਨਾਲ ਹੀ ਸੌਂਗਾ ਲੈ ਇਹਦੀ ਕਸਰ ਰਹਿ ਗਈ ਸੀ ਲੈ ਦੇਖ ਲੈ ਆ ਜਾ ਪੁੱਤ ਮੈਂ ਤਾਂ ਭਾਬੀ ਨਾਲ ਸੌਂਗਾ ਕੋਈ ਨੀ ਬੇਬੇ ਪੈ ਜਾਣ ਦੇ ਇੱਥੇ ਆ ਜਾ ਤੈਨੂੰ ਨਿੱਕਾ ਜਿਹਾ ਭਤੀਜਾ ਨਹੀਂ ਚਾਹੀਦਾ ਉਹ ਕਿੱਥੋਂ ਆਊਗਾ ਰੱਬ ਨਾ ਛੱਤ ਪਾੜ ਕੇ ਤੇਰੀ ਭਾਬੀ ਨਾਲ ਸਵਾਜੂਗਾ ਮੈਂ ਵੀ ਦੇਖੂਗਾ ਬੇ ਤੂੰ ਫੇਰ ਦੇਖ ਲਈ ਆ ਜਾ ਓ ਬੇਬੇ ਮੈਂ ਵੇਖਣਾ ਆ ਜਾ ਹੁਣ ਬੇਬੇ ਮੈਂ ਉਸੇ ਕਿ ਨਹੀਂ ਚੱਲ ਨਹੀਂ ਜਾਣਾ ਚੱਲ ਨਹੀਂ ਸੋ ਜਾ ਬਾਬਾ ਬਾਬਾ ਕਿੱਡਾ ਕੀ
बेबे मैं कितो आया सी? मेनू नहीं पता। मैं फिर बापू नू पूछ लूंगा। तू पाई जा चुप करके, बापू नू भी नहीं पता। बे मुंडिया कितने ठेडा ना खाली। ओए आ जा मेरा पुत्त, आ जा जा इत्थे समझा। हैं सराने से रख ले बापू। हैं मैं कितो आया सी? अरे नवी गल कट मारू। सदाई किसे थां दा ये कोई सवाल पूछने वाला? पता तू चल। क्यों पूछ लिया दे आपू नू हुन सारे चुप करके? अजरा बे सच्चे दिल दियां जड़ियां मुरादा हुंदियां ना रब आपे पूरियां करदा। अपने निक्के दे न्याणा नहीं हैगा, आपां करांगे उहदा दूजा व्याह। अच्छा सारा पिंड टिचां करदा सी बई लवा लिया सदीक, लवा लिया सदीक। हुण निक्के दे व्याह ते गुरे बुढ़े दा दित्ता वचन पुगू ਪੁੱਗੂਗਾ ਤੇ ਸਰੀਰ ਦਾ ਖੜਾ ਲੱਗੂ ਹੀ ਲੱਗੂ ਲੱਗੂਗਾ ਯਾਰਾ। ਆ ਗਿਆ ਆ ਗਿਆ ਪਾਪਾ ਆ ਗਿਆ। ਮੱਲੇ ਓ ਡਾਕਟਰ ਮੈਂ ਲਈ ਕੁਛ ਲਿਆ ਅੰਦਰ ਦੇਖ ਬੜਾ ਕੁਛ ਪਿਆ ਨਾਲੇ ਮਾਰ ਸੈਲਫ ਡਰਾਈਵਰੀ ਸਿੱਖ ਲਾ ਮੇਰਾ ਪੁੱਤ। ਮੱਲੇ ਉਹ ਬੁੜਾ ਨਿੱਕੇ ਦਾ ਦੂਜਾ ਵਿਆਹ ਕਰਨ ਲੱਗਾ। ਮੈਂ ਤੈਨੂੰ ਕਹਿਤਾ ਤੂੰ ਮੇਰੀ ਭੈਣ ਦੀ ਗੱਲ ਹੁਣੇ ਕਰ। ਮੇਰੀ ਗੱਲ ਤਾਂ ਸੁਣ। ਮੈਂ ਤੇਰੀਆਂ ਬਹੁਤ ਸੁਣ ਲਈਆਂ, ਹੁਣ ਤੂੰ ਅੰਦਰ ਨਾ ਆਈ, ਬੁੜੀ ਨਾਲ ਗੱਲ ਕਰਕੇ ਹੀ ਆਈ। ਪਰਾਂ ਹੋ ਜਾ ਛੱਡ ਦੇ ਮੈਨੂੰ। ਅਬੇ ਹੋਇਆ ਕੀ ਆ? ਰੱਸਾ ਕਿੱਥੇ ਰੱਖਿਆ ਮੈਨੂੰ ਇਹ ਦੱਸ ਦੇ। ਮੈਨੂੰ ਫਾਹਾ ਲੈ ਲੈਂਦੇ ਫੇਰ ਤੂੰ ਕਰਾ ਲੈ ਦੂਜਾ ਵਿਆਹ। ਬੇਬੇ ਨਾ ਕਰ, ਤੇਰਾ ਨਹੀਂ ਜੀ ਕਰਦਾ ਜਵਾਕ ਖੜਾ ਨੂੰ। ਬੱਥੇ ਜਾਣਿਆ ਜੇ ਤੂੰ ਕੁੜੀ ਹੁੰਦਾ ਤੈਨੂੰ ਵਿਆਹ ਕੇ ਦਫਾ ਕਰਦੀ ਕਿਸੇ ਪਾਸੇ। ਮੈਂ ਮਰਨਾ ਬਸ ਅੱਜ ਮੈਂ ਮਰ। ਬੇਬੇ ਬੇਬੇ ਮੇਰੀ ਗੱਲ ਤਾਂ ਸੁਣ। ਬੇਬੇ ਨਾ ਕਰ। ਬੇਬੇ ਖੜ ਜਾ। ਓਏ ਕਰ ਲੈਣ ਦੇ ਪਤੰਦਰਾ, ਪਹਿਲੀ ਵਾਰੀ ਤਾਂ ਚੱਜ ਦਾ ਕੰਮ ਕਰਨ ਲੱਗੀ ਐ। ਬੇ ਦੁਸ਼ਮਣਾ ਮੇਰੇ ਭੋਗ ਤੇ ਖਾਣ ਵਾਲੀ ਸਰੀਕ ਦਾ ਫੇਰ ਭੌਂਕ ਦਾ ਵੀ ਨਾਜਰ ਵਾਂਗੂ ਕਰੋ ਕਰੀ ਫੇਰ ਤੈਨੂੰ ਪਤਾ ਲੱਗੂਗਾ। ਬੇ ਮਰ ਜਾਣੇ ਦੱਸ ਦੇ ਕਿੱਥੇ ਰਸਾ। ਮੈਂ ਮਰਨਾ ਪੱਕਾ ਮਰਨਾ ਪੱਕਾ। ਲੈ ਬਈ ਅੱਜ ਤੇਰੇ ਬਾਪੂ ਦੀ ਲੱਗੀ ਟਾਲੀ ਕੰਮ ਆ ਜੀ। ਬਾਪੂ ਉਹ ਬਾਪੂ ਰਸਾ ਜਾਈਦਾ ਸੀ। ਉਹ ਲੈ ਜੀ ਯਾਰ ਰੁਕ ਜਾ ਮਾੜਾ ਜਾ, ਆ ਸਾਡਾ ਜ਼ਰੂਰੀ ਕੰਮ ਹੋ ਲੈਣ ਦੇ। ਬੇਬੇ ਬੰਦ ਹੈ ਕੰਮ। ਅਬੇ ਮੜਾ ਉੱਤੇ ਆ, ਅਬੇ ਕੀ ਠੀਕ ਹੈ ਤੇਰੀ ਧੌਣ ਵਾਸਤੇ? ਏ ਬੀਬੀ ਕਮਲੀ ਹੋਈ ਹੈ ਅਬ ਤੇਰੀ ਟੂਮਾ ਦਾ ਕੀ ਕਰੀਏ, ਜਾਣ ਤੋਂ ਪਹਿਲਾਂ ਮੜ ਜਾਂਦੀ, ਬਾਅਦ ਜਾ ਆਪਸ ਲੜਦੇ ਫਿਰਾਂਗੇ ਅਸੀਂ। ਉੱਠ ਜਾ ਇੱਥੋਂ ਹੁਣੇ ਨਾ ਦੇ ਤੈਨੂੰ ਮੈਂ ਰਾਣੀ ਹਾਰ। ਬੇਬੇ ਤੂੰ ਇੱਧਰ ਆ ਉੱਪਰ ਮੜਾ ਜਾ ਕਰਾਂ। ਚੱਲ ਭਾਬੀ ਕਰ ਵਾਟ ਨੇੜੇ, ਨਾਲੇ ਮੇਰੇ ਘਰ ਵਾਲੀ ਨੂੰ ਸਨੇਹਾ ਦੇ ਦੀ ਬਿਨਾ ਡਰ ਤਕੜਾ। ਹਾਂ ਬੇਬੇ ਨੂੰ ਰੱਖ ਦੇ। ਬੇਬੇ ਮੇਰੀ ਗੱਲ ਤਾਂ ਸੁਣ। ਬੇਬੇ ਬਸ ਸਹੀ ਸਹਲੀਏ, ਅੱਜ ਜਿਹੜਾ ਚਾਹੋ ਜਾਂ ਜਿਹੜਾ ਕੋਈ ਜਾਂਦਾ ਨਾ ਜਾਣ ਦੇ। ਤੈਨੂੰ ਦਿੰਦੀ ਆ ਮੈਂ ਟੁੰਮਾ ਤੇ ਤੇਰਾ ਕਰਾਉਣੀ ਆ ਮੈਂ ਦੂਜਾ ਵਿਆਹ। ਬਸ ਬੁੱਟਿਆ ਉਹ ਨਿਕੇ ਆ ਬੀਬੀ ਮੈਨੂੰ ਨਾ ਮਾਰੀ। ਅਗੇ ਤੂੰ ਬੜਾ ਹੋ ਜਾ ਮੇਰੇ ਕੋਲ। ਆ ਕੀ ਆ ਭੱਜ ਲੋ ਬੀਬੀ ਭੱਜ ਲੋ। ਚੱਕ ਤੂੰ ਜੁੱਤੀ ਐ ਨਾ ਮੈਂ ਤੂੰ ਆਈ ਆਪਣੇ ਬਾਈ ਨੂੰ ਵੀ ਕਹਿ ਚੱਕ ਲੈ। ਚੱਕੋ ਦਿਖਾਓ ਮੈਨੂੰ ਤੁਸੀਂ ਕਿਵੇਂ ਚੰਦੇ ਹੋ, ਹੁਣ ਚੱਕਦੇ ਕਿਉਂ ਨਹੀਂ? ਬਾਈ ਆਖੇ ਕੁੱਟ ਕੇ ਰੱਖ ਤੂੰ, ਕੁੱਟ ਕੇ ਰੱਖ ਤੂੰ, ਕੁੱਟਾਉਣਾ ਤੂੰ ਵੀ ਚੱਕ ਲਾਉਣਾ।
ਤੂੰ ਸਾਲਿਆ ਜਦੋਂ ਦੇਖੋ ਉੱਠੀਆਂ ਪੱਟੀਆਂ ਪੜਾਉਂਦਾ ਰਹਿੰਦਾ ਮੈਨੂੰ ਬਜੇ ਤੋਂ ਸਾਨੂੰ ਦੋਹਾਂ ਜਿਹਾਂ ਨੂੰ ਲੜਾਉਣਾ ਚਾਹੁੰਦਾ ਤੂੰ ਖਬਰਦਾਰ ਜੇ ਮੇਰੇ ਘਰੇ ਮੁੜ ਕੇ ਵੜਿਆ ਤਾਂ ਬੋਲ ਹੁਣੇ ਨਾ ਮੂੰਹ 'ਚ ਘੁੰਗਣੀਆਂ ਪੈ ਗਈਆਂ ਤੇਰੇ ਝਾਕਦਾ ਸੂਈ ਕੁੱਤੀ ਵਾਂਗੂ ਤੂੰ ਹੁਣ ਦੁੱਧ ਵਾਲੀ ਤੈਨੂੰ ਕੁਰਬਾਨੀ ਫਿਰਦੀ ਹੈ ਆ ਜੇ ਤੇਰੀ ਮਾਂ ਚੱਲ ਗਈ ਨਾ ਤੈਨੂੰ ਸੱਚੀ ਮੁੱਚ ਬੰਸੀ ਹੋ ਜੂ ਫਿਰ ਮੈਂ ਰੰਡੇ ਪਾ ਗੇਮ ਕੱਟੂ बेबे गल आखा गुस्सा तो नहीं करेंगी मेरा ना जवाका दे पोतड़े तो उन्हें बहुत जी करदा सारे मन गया तू भी मन जा की मन जा कोई जरूरी नहीं तेरे च कमी है एदे च भी हो सकती है नहीं बेबे कमी मेरे च है नहीं कोई छत तो नहीं डिग पी आपा डॉक्टर नु दिखा देंगे बेबे आपा क्यों घर पटना लोग सौ गल्लां करनगे बेबे मैनू नहीं पता तेनू मेरी सौ तू बस हां कर दे देख ले बेबे हुण तेनू सौ भी खाली है नाल बेबे तू तो गुस्सा ऐ करी जानी है जिवें मैं नहीं बापू दूजी लियाउण लगा हुंदा ए चुप कीती है जेई था मैं होवां ना ते दुश्मन दा की लेवे दूजी पहला मैं इस घर च लियावां दूजा ते न्याणियां दी ला दे डार ते किला किला वंडदे जमीन फिर पता लगे उसनू जय वड्डे ने पता नहीं की गिद्दड़ सी की सगाई है कुड़ी नू जेड़ी ए भी इहदे मगर लगी है गल सुन लै मुंडिया जे दूजी आ गई ना मैं उहदे नाल भोरा नहीं वरतना नाले मेरे कोल है नहीं गहने कट्टा उहदे वास्ते जे कुड़ी तू अपने चो दिता ना तां हिसाब ला ली ए जाने जा दुश्मन जाने आहो तू करा मेरे डकरे ओए मैनू एक नहीं जुड़दी तू दो दो पालदा है पहला तू उन्हां दी नूह दबी बैठा है हुण कुड़ी पालदा है ओ मैनू तां उन्हां ने जांदे नूं ढा लैणा है ना भी ना 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 मैं नहीं बनदा तेरा विचोला विचूला हां कोरी ना मेरी तां अखे खाण पीण नूं बांदरी ते टंबे खाण नूं रिछ बल्ले ओ तेरे बाला सियाणा कहता जानवर तो अपने हिसाब नाल ठीक नहीं पालिया चल ठीक है फिर बूटा चाचा दी साली अली कराउंदा मैं उत्थे करा लेना और की है फिर ओ पुपड़ा तू केड़ा जन्म दा बदला ले रहा मैथों एदे नाल तां मैं छड़ा ही चंगा सी ओए तां मैनूं जरदा नहीं लाउण दिंदी मैं गीजे च रखदा सी आ देख लै मां दी तीने गीजे लाते कफां च लकाउण लग्गिया बाहां लातियां पजामे ते नेफे च लकाउण लग्गिया नाले कढ के रपटा पातियां आ बन्ने थोड़े मूहरे हथ लै जाओ अपनी भतीजी नूं ना मैं जावां अज ना मैं जावां कल ना तेनूं नशे करन देआं ओ तू दफा हो बड़ा चत्र बनदी है कुड़ी दा कित्थे रखी है चल तेनू मैं दिनिया रगड़ के सुदागर सिंह वेख असी दूजी यार वालेयां दे कुड़ी दा रिश्ता नहीं करना तू चल साडा तां इहो चलदा रहना तू खड़ जा भाई जदों पहला रिश्ता छुट्टा सी ना अद्धे चौधरी ते उदों बनाता सी इहने सानू हुण इहनू छड्डण नू फिरदा कुड़ी दे रिश्ते तक पूरे चौधरी बना देना इहने घर चंगा सावण वी राजी है आ गल तू मासी सियाणी कीती है गल तां सियाणी है पर पहला अगले कुड़ी नू 5 किले दे के ते अड करन ते दूजी गल हुण तां तू कहना न्याणा नहीं हुंदा जे न्याणा हो गया ना कल नू तेनू कमले जे नू गंडासा दे के कलूं मां पुत दे नाल तेरा भी गाटा ला के आऊगा मूंह देख नगौरीए दा इहदी बांह फड़ ते छड्डिया उत्थे घर जवाई बना लैण जदों मेरा कहा ही नहीं मानदा मैं ते चार बाण कुड़ी इस घर तो ना ते जावे अज ते ना जावे कल ओ न्याणे बिना घर सुनना लगदा है हाली तारी हुंदी नहीं बापू दी इस घर दियां जड़ां तां लम्मियां हो जाण रहण दे सच मारना जवाक जे जे इक पूता वह जी इहदी औलाद होगी बिटै जाणियो थोनू भोरा भी तरस नहीं आया जवाकड़ी ते ओ आ गई रूप दी दादी ओ लाऊ तेरे बटना ना पैणे तू चंगी कीती साडे नाल आ पिया दात ते आ खड़ा मुंडा बढ़ दे गाले दा मेरे वल्लों खुली छुट्टी है
ना भाई गुरदित सियान हुण तू तां कुछ बोल। की बोला? उधर तां बोलणी दित्ता मैनू। ओ मैं तां बथेरा पिटिया सी भाई मुड़ जाओ। अखे हुण मैं आ गई, मैं तां रिश्ता लैके मुड़ूंगी। असीं अपने घर दा ना सोचिए। आ गई लावण कर लैके। ਹੋਰ ਤਗੜੀ ਹੈ ਕੁੜੇ ਧੀਏ, ਤੇਰੇ ਇੰਨੇ ਮਾੜੇ ਲੇਖ ਲਿਖਤੇ ਨੀ, ਮੈਂ ਤਾਂ ਤੈਨੂੰ ਆਪ ਹੀ ਖੂਹ ਚ ਧੱਕਾ ਦੇਤਾ ਮੇਰੀਏ ਧੀਏ। ਕੋਈ ਨਾ ਬੇਬੇ, ਤੈਨੂੰ ਕੀ ਪਤਾ ਪੁੱਤ, ਤੂੰ ਤਾਂ ਨਿਆਣੀ ਹੈ, ਜਾ ਕੇ ਚਾਹ ਬਣਾ ਲਿਆ। ਨੀ ਭੈਣੇ, ਨੀ ਮੈਨੂੰ ਕੀ ਪਤਾ ਸੀ ਵੀ ਮੈਂ ਦੁਸ਼ਟਾਂ ਦੇ ਮੂੰਹ ਚੋਂ ਖੋਹ ਕੇ ਕੁੜੀ ਮਹਾਂ ਦੁਸ਼ਟਾਂ ਦੇ ਘਰੇ ਦੇ ਰਹੀ ਹਾਂ। ਨਾ ਕਿੱਥੋਂ ਆ ਦੂਜੀ ਕੁੜੀ? ਸਾਨੂੰ ਤਾਂ ਪਤਾ ਨੀ ਭਾਈ, ਅਸਦਾਗਰ ਨੇ ਦੱਸ ਪਾਈ ਸੀ ਕੋਈ। ਹੈਂ? ਜੇ ਜਵਾਕਾਂ ਦਾ ਪਿਓ ਜਾਂਦਾ ਹੁੰਦਾ ਨਾ ਅੱਜ, ਹੁਣ ਤੱਕ ਲੱਦ ਕੇ ਮਾਰਨਾ ਸੀ ਤੇਰਾ ਭਤੀਜਾ। ਅੱਜ ਤੋਂ ਸੱਤਵੇਂ ਦਿਨ ਭੋਗ ਹੁੰਦਾ ਇਹਦਾ। ਤੁਸੀਂ ਬੈ ਪਿੰਡ ਵੜਦੇ ਦੀ ਢੇਰੀ ਨਾ ਕਰੀ ਨਾ, ਇਹਦੀ ਬਿੱਗਾ ਜ਼ਮੀਨ ਨੀ ਦੇਣੀ, ਸਾਰੀ ਗੁਰਦੁਆਰੇ ਦੇ ਨਾਲ ਲਵਾ ਦੂੰਗੀ। ਬੇਬੇ, ਤੇਰੇ ਤਾਂ ਚੰਦ ਹੀ ਨੀ ਬਣਦਾ। ਨੀ ਜਿਹਨੂੰ ਲੱਗਿਆ ਈ ਗ੍ਰਹਿਣ ਹੋਵੇ ਉਹਦਾ ਚੰਦ ਕਿੱਥੋਂ ਬਣ ਜੂ? ਆ ਰੋਟੀ ਫੜਾਈ। ਸ਼ਰਮ ਤਾਂ ਨੀ ਆਉਂਦੀ? ਜਮਾ ਦੁਸ਼ਮਣ ਤੇ ਗਿਆ। ਪਹਿਲਾਂ ਬੂਟੇ ਦੀ ਬਹੂ ਜਿੱਦ ਕਰਕੇ ਲੈ ਕੇ ਆਇਆ, ਆਕੇ ਇੱਥੇ ਹੀ ਰਿਸ਼ਤਾ ਕਰਨਾ। ਮੈਂ ਬਥੇਰਾ ਪਿੱਟੀ ਸੀ ਪਰ ਨਾ ਲਿਆ ਮਾਰੀ ਮੇਰੇ ਮੱਥੇ ਚ। ਬੇਬੇ, ਇਹਦੇ ਚ ਚਾਚੀ ਦੀ ਕੀ ਗਲਤੀ ਆ? ਨਾ ਉਹਦੇ ਜਵਾਬ ਨੀ ਸੀ, ਕਹਿ ਨੀ ਸਕਦੀ ਸੀ ਵੀ ਮੈਂ ਜਵਾਬ ਜੰਮ ਕੇ ਦੇ ਦੂ, ਦੂਜੇ ਵਿਆਹ ਦੀ ਕੀ ਲੋੜ ਹੈ। ਪਰ ਨਾ ਭਾਈ, ਸਾਰੇ ਆਪਦੇ ਆਪਦੇ ਘਰ ਨੂੰ ਜਾਣੇ ਨੇ। ਕੋਈ ਨੀ ਭਲਾ, ਆ ਤੂੰ ਕੱਲੀ ਰਹਿ ਲੂੰਗੀ। ਵੈਸੇ ਵੀ ਤਾਂ ਆਪਾਂ ਅੱਡੀ ਰਹਿੰਦੇ ਹਾਂ, ਘਰ ਬਦਲਣ ਨਾਲ ਕੀ ਹੋਜੂ, ਤੂੰ ਮੇਰੀ ਫਿਕਰ ਨਾ ਕਰ। ਭਾਵਨਾਵਾਂ ਦੀ ਕਦਰ ਹੀ ਨੀ। ਇੱਥੇ ਸੋਹਣੀ ਰੋਜ਼ ਨਵੀਂ ਪੱਗ ਬੰਨ ਕੇ ਆਈ ਦੀ ਹੈ। ਇਹਨੂੰ ਕੀ ਹੋਇਆ? ਮੈਂ ਦੱਸਦਾ ਵੀ ਮੇਰਾ ਵਿਆਹ ਹੋਣ ਵਾਲਾ। ਮੁੱਖ ਅਧਿਆਪਕ ਜੀ, ਅੱਜ ਮੈਂ ਵੀ ਚਾਹ ਪੀਊਂਗੀ ਤੇ ਮੇਰੇ ਇਹ ਵੀ। ਕੀ ਹੋਇਆ, ਇੰਨਾ ਚੁੱਪ ਹੈ? ਮੇਰੀ ਬੀਬੀ ਦੀ ਗੱਲ ਤੇ ਕੀ ਆਂਦੀ ਰੂਪ? ਆਂਦੀ ਮਨਜ਼ੂਰ ਆ। ਮੰਨ ਗਈ ਉਹ? ਫਿਰ ਤਾਂ ਖੁਸ਼ ਹੋਣਾ ਚਾਹੀਦਾ ਹੈ ਨਾ? ਪਰ ਤੂੰ ਖੁਸ਼ ਲੱਗ ਨਹੀਂ ਰਿਹਾ ਕਿਤੇ। ਯਾਰ, ਤੇਰੇ ਤੋਂ ਸਵਾਈ ਕਦੇ ਕੁਛ ਸੋਚਿਆ ਨਹੀਂ। ਮੈਂ ਕੁਛ ਕਿਉਂ ਨਹੀਂ ਹੋਣਾ ਭਲਾ, ਤੂੰ ਬਸ ਤਿਆਰੀ ਖਿੱਚ ਮੇਰੇ ਘਰ ਆਉਣ ਦੀ। ਚਲਾ ਛੇਤੀ ਛੇਤੀ ਚਲਾ। ਮੈਂ ਤਾਂ ਥੱਕ ਗਿਆ ਭਾਬੀ। ਚਲਾ, ਕੋਈ ਨੀ, ਖਾਣ ਵੇਲੇ ਤਾਂ ਬਾਟੀ ਭਰ ਲੈਣਾ। ਕੁੜੇ, ਕੀ ਕਰੀ ਜਾਂਦੀ ਹੈ ਧੀਏ? ਵਿਆਹ ਚ ਕੰਮ ਆਉਣਗੀਆਂ ਨਾ ਸੇਵੀਆਂ। ਤੂੰ ਕਿਸ ਮਿੱਟੀ ਦੀ ਬਣੀ ਹੋਈ ਹੈ? ਆਪਦਾ ਘਰ ਤੂੰ ਆਪ ਹੀ ਪੱਟੀ ਜਾਂਦੀ ਹੈ। ਸੱਚ ਮਾਰਨੀ ਸੇਵੀ, ਤੈਨੂੰ ਸੱਚ ਨੀ ਦੀ ਨਾ? ਬੇਬੇ, ਮੈਂ ਤਾਂ ਬਾਬਾ ਜੀ ਸਾਹਮਣੇ ਲਾਵਾਂ ਲਈ ਆ, ਮੇਰਾ ਤਾਂ ਉਹੀ ਸੱਚ ਹੈ। ਤੇਰਾ ਪੁੱਤ ਖੁਸ਼, ਮੈਂ ਵੀ ਖੁਸ਼। ਮੈਨੂੰ ਨੀ ਪਤਾ ਉਹ ਕੀ ਹੋਰ ਪਰੀ ਹੈ, ਤੇਰੇ ਤਾਂ ਪੈਰਾਂ ਵਰਗੀ ਵੀ ਨਹੀਂ ਹੋਣੀ। ਬਹੁਤ ਸੋਹਣੀ ਆ ਬੇਬੇ, ਮੈਂ ਦੇਖੀ ਆ, ਮੋਟੀਆਂ ਮੋਟੀਆਂ ਅੱਖਾਂ, ਗੋਰੀ ਚਿੱਟੀ, ਪਤਾ ਕਿੰਨੇ ਸੋਹਣੇ ਪੋਤੇ ਜੰਮ ਕੇ ਦਊ ਤੈਨੂੰ, ਤੂੰ ਐਵੇਂ ਫਿਕਰ ਕਰੀ ਜਾਂਦੀ ਆ। ਪੁੱਤ ਘਰ ਵੰਡਣੇ ਬਹੁਤ ਸੌਖੇ ਨੇ, ਇੱਕ ਤੀਵੀਂ ਲਈ ਆਪਣਾ ਬੰਦਾ ਵੰਡਣਾ ਬਹੁਤ ਔਖਾ।
ਬੇਬੇ ਮੈਂ ਕੋਠੇ ਦੇ ਲੀੜੇ ਪਾਏ ਸੀ ਲਾ ਲਿਆਵਾਂ ਤੇਰੀ ਭਾਬੀ ਤਾਂ ਗੋਲੀ ਮਾਰ ਲੱਗੇਗੀ ਤੈਨੂੰ ਮੈਂ ਤਾਂ ਬਚਾਇਆ ਤੈਨੂੰ ਚਾਚਾ ਮੈਂ ਸਭ ਨੂੰ ਮਿਲਣਾ ਓਏ ਸਬਰ ਕਰ ਪਤੰਦਰਾ ਜਿਹੜਾ ਤੂੰ ਮਿਲਣਾ ਮੇਰਾ ਗਾਟਾ ਲਵਾਉਣਾ ਮੈਨੂੰ ਨੀ ਪਤਾ ਮੈਂ ਹੁਣੇ ਮਿਲਣਾ ਪਿਸ਼ਾਬ ਤਾਂ ਕਰ ਲਾਂ ਅਸੀਂ ਵੀ ਕਰਾਂਗੇ ਪਿਸ਼ਾਬ ਹਾਂ ਚੱਲ ਉੱਠ ਇਹ ਪਾਉ ਕੋਈ ਕਜੀਆ ਚੱਲ ਭਤੀਜਾ ਨਿੱਕਾ ਕਿੱਥੇ ਆ ਕੀ ਫੇਰ ਪਰਸੇ ਉਹਦੇ ਇੱਥੇ ਪਏ ਨੇ ਕਿੱਥੇ ਗਿਆ ਨਿੱਕਿਆ ਨਿੱਕਿਆ ਓਏ ਉਹ ਵਾਜਾ ਨਾ ਮਾਰ ਉਹਨੂੰ ਪਾਲ ਉਹ ਨਿੱਕਿਆ ਮੈਂ ਤਾਂ ਠੀਕ ਹੈ ਕੋਈ ਨੂੰ ਮੂੰਹ ਤੋਂ ਲਾਲਾ ਨਹੀਂ ਰਿਹਾ ਸਾਰਾ ਜਰਦਾ ਢਲਾਤਾ ਹਾਏ ਭੈਣੇ ਤੇਰੀਆਂ ਚੂੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਓ ਤੂੰ ਇੱਥੇ ਬੈਠੀਆਂ ਕਰਦੀਆਂ ਬਾਹਰ ਪਰਾਉਣਾ ਛੱਲੇ ਵੰਡੀ ਜਾਂਦਾ ਹੈ ਸੱਚੀ ਲੋ ਛੇਤੀ ਭਾਜੋ ਜਾਓ ਜਾਓ ਚੱਲ ਅੜੀਏ ਚੱਲ ਸਰਦਾਰਾ ਤੂੰ ਇੱਥੇ ਕਿਵੇਂ ਕੋਈ ਦੇਖ ਲੂਗਾ ਸਾਵਣ ਹਾਂ ਮੇਰੇ ਤੋਂ ਇਹ ਵਿਆਹ ਨਹੀਂ ਹੋਣਾ
ਇੰਨੀ ਸੋਹਣੀ ਵੀ ਨਹੀਂ ਸੀ ਸਰਦਾਰਾ। ਹੁਣ ਪਤਾ ਲੱਗਿਆ ਕਿਉਂ ਬਚ ਬਚ ਕੇ ਨਿਕਲਦਾ ਸੀ। ਸਭ ਨੂੰ ਕੱਲ ਦੀਆਂ ਛਿੰਦਰਿਆ ਕੋਈ ਤੋਹਮਤ ਤਾਂ ਲਾ ਲੈਂਦੇ ਮਨ ਸਮਝਾਉਣ ਨੂੰ। ਵੇਖੀ ਚੂੜੀਆਂ ਤਾਂ ਰੱਬ ਧੁਰਾ ਬਣਾ ਕੇ ਭੇਜਦਾ, ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਹੋਣਾ। ਠੀਕ ਹੈ ਫਿਰ ਤੇਰੇ ਰੱਬ ਦੀ ਸੁਣ ਲੈਂਦੇ ਹਾਂ। ਆਪਣਾ ਹੌਂਕਾ ਦੇ ਰਹੀ ਹਾਂ, ਉਹਨੂੰ ਕਈ ਹਿਚਕੀ ਬਣਾ ਕੇ ਰੱਖੇ। ਹੁਣ ਇਹਨਾਂ ਚੰਗਾ ਵੀ ਨਾ ਬਣ ਕਿ ਤੈਨੂੰ ਭੁਲਾਉਣਾ ਔਖਾ ਹੋ ਜਾਏ। ਸਰਦਾਰ ਜੀ ਤੁਹਾਡਾ ਮੁੰਡਾ ਭੱਜ ਗਿਆ। ਭੱਜ ਗਿਆ ਬਈ? ਕੁੜੀ ਤਾਂ 20 ਵਾਰੀ ਸੁਣੀ ਆ ਭੱਜੀ, ਆ ਮੁੰਡਾ ਭੱਜਿਆ ਪਹਿਲੀ ਵਾਰੀ ਸੁਣੀ। ਬਈ ਗੁਰੇ ਤੁਹਾਡਾ ਟੋਲਾ ਵੀ ਕਮਲ ਲਈ ਲੈ ਵੀ ਅੱਜ ਮਾਮਾ ਸਦੀਕ ਦੀ ਤੂੰ ਵੀ ਵਜੇ ਨਾ ਵਜੇ ਆਪਣਾ ਵਾਜਾ ਵਜੂਗਾ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਨਾਂ ਤਿੰਨਾਂ ਤੇਲ ਹੈ ਹੀ ਨੀ, ਭੱਜੇ ਨਾ ਤਾਂ ਹੋਰ ਕੀ ਕਰੇ। ਬੇਬੇ ਨਿੱਕਾ ਇਹ ਕਿਵੇਂ ਮੁੜਿਆ? ਰੂਪ ਤੈਨੂੰ ਤੇਰੇ ਘਰਦਿਆਂ ਨੇ ਵਾਲੇ ਨਹੀਂ ਦੱਸਿਆ ਵੀ ਜਦੋਂ ਘਰ ਵਾਲਾ ਬਾਹਰੋਂ ਆਵੇ ਉਹਨੂੰ ਪਾਣੀ ਦਾ ਗਲਾਸ ਲਿਆ ਕੇ ਦੇਈਦਾ? ਕਿਆ ਬਸ ਲੁੱਕ ਲੁੱਕ ਕੇ ਰੋਣ ਦਾ ਹੀ ਚੱਜ ਹੈ ਤੈਨੂੰ? ਉਹਨਾਂ ਦੀ ਬੁੜੀ ਕਹਿੰਦੀ ਵੀ ਤੂੰ ਕੱਢ ਕੇ ਨਹੀਂ ਆਇਆ ਉਹਨੂੰ, ਤੂੰ ਐਂ ਕਰ ਆਪਦੇ ਟੈਂਟ ਫੋੜੀ ਚੱਕ ਤੇ ਮੰਗਲ ਕੇ ਘਰੇ ਵਗ ਜਾ, ਆ ਕੇ ਦਿੰਦਾ ਤੈਨੂੰ ਮੈਂ 5 ਕਿੱਲੇ। ਤੂੰ ਜਾ। ਹਾਂ ਕੀ ਆ ਬੱਚੇ? ਕਿਤੇ ਆ ਤੋਤੇ? ਤੋਤੇ ਤੇ ਥੋੜੀ ਆ ਬਣੇ ਆ।
अच्छा गल दस, जो असं एक दूजे करते इश कहते जो तू मैन करती है ओनू की कहते बस कर हूं नहीं करा रहा व्याह सौखा मेरी सच्ची नहीं करा रहा रूह बजूगी यार नहीं करवाउंदा बेबे तू जावे जिवें मेरी बेबे कहूगी उवें करूंगा माफ कर दे शुक्र है रब दा तैनू अकल आई सहेलिए इहनू माफ कर दिए किहदे कन्न पट्टणे आ बप्पू ने भाई कट ते बाप मैनूं लगदा बरात वापस आ गई बापू कुटूगा मैनूं मैनूं लगदा तेरा बापू कुट खा के आया बापू ने भाई कट ते बापू चंबे आ गया जना सारा दे दियो मेरे पते अज पता लगा छड़े बंदे नू किसे दा मचोला नहीं बनना चाहिदा लियांदा मिलने वाला कंबल दुश्मना चल कोई नी बहुत सोहना किता केड़ा तू सदीक सुन गया सी बथौड़ बनाउन गया सी बना के आ गया ए सारा कुछ तेरे यार लाडले दी करतूत करके होया कुड़ी वाले ने साडे नाल ओ कीती जेड़ी खेत पेंद दे नाल ना होवे तू आ मगर खड़ा की दंदियां कड़ी जाना ओए गल सुन जेड़ा तू एदी कुछ च बहुता बड़बड़ पैना ना मैं मर नहीं मर जूंगा पर तेरे नौ जमीन दा एक सियाड़ नहीं लवा के जाना मैं चंगा चंगा ना लवाई सारा कुछ ना छाती दे तरके ले जी पर तेरे नाल इन्नी छतरौल होई है हाले बैठ दा करन तो नहीं चलदा किथे हो थोड़ा सदीक लदा पेंदी है दुकान खड़दा बाबी अगले ने चक्के ढोलकी जाने भज गया ऐ किवें भज गया पैसे नहीं दित्ते उहनूं तुसीं सद्दो उहनूं दुबारा अज पूरी होई है मेरे मन दी गल मैं बुलाऊ सदीक बे तुसीं चुप करके क्यों बैठो बाजा बजाओ तू की कर दी है छाल मारन आई है अच्छा मार फिर हिम्मत नहीं होंदी फिर छड़ परे ऊं भी तेनू महीना हो गया रोज आउंदी नू अज तक तां कदे मारी नहीं तू की लैन आउंदा है मैं तां ए सोच के आउंदा भी किद्दे तू छाल मारे ते किद्दे मैं तेनू बचावा तू रहन दे तेनू मैं दसा ताज़ा ताज़ा दिल टुटिया मेरा ओए ओ तां मेरा ही नुकसान है मैं तां तेनू टुट्टे बदले साबता देण नू खड़दा ना की दस्सिया सी वरिंदर पिंड वाले वड्डा सूबेदार कहिंदे आ